रियली गाइस
बाबा जी साडा हज हो गया तेनू तकना खुदा नू तक लैना रश का दीवाने रखेना बाबा जी साडा हज हो गया बाबा जी साडा हज हो गया तकना खुदा नू तक लैना सामने डांस है उस तो बाद Yeah.
ਸਾਡੀ ਮਾਂ ਨੂੰ ਜੀਵੀ ਸਰਕਾਰਾਂ ਦੇ ਨਾਂ ਤੇ ਸਗਲੀ ਮੈਂ ਡਾਂਸ ਸੈਟ ਨੇ ਤੇ ਮੈਡਮ ਜੀਏ ਦੀ ਜੀਏ ਤਾਂ सामने नकल उस तो बाद दादा सरकार का सिर है हेलो हेलो हां जी और बेत प्यारे वीर जी जिन्हें सरकार ने मेलन हो रहा जी उन्होंने नाते जी आई हुई संगत के नाते जी नगर खेड़ के नाते जी नगर खेड़ के नाते जी देश प्रदेश विच बैठी संगत के नाते जी माल डंगर जी आज सारे बच्चे के नाते जी थैंक यू जी हेलो 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 कुड़ियो मैं क्या हां जी वीर जी ਇੱਥੇ ਤੁਸੀਂ ਕੀ ਕਰਦੀਆਂ ਫਿਰਦੀਆਂ ਦਫਾ ਹੋਣਿਆ ਅਸੀਂ ਕੁਝ ਕਰਦੀਆਂ ਨਹੀਂ ਫਿਰਦੀਆਂ ਅੱਛਾ ਜੀ ਅਰਸ਼ਤ ਫਰਸ਼ਤ ਤੇ ਆ ਗਈਆਂ ਅਸੀਂ ਆਪਣੇ ਦਾਤਿਆਂ ਨੂੰ ਆਪਣੇ ਹਜ਼ੂਰਾਂ ਨੂੰ ਅਸੀਂ ਆਪਣੇ ਸ਼ਾਹ ਤਲਾਈਆਂ ਵਾਲੇ ਬਾਬਾ ਜੀ ਨੂੰ ਲੱਭਦੀਆਂ ਫਿਰਦੀਆਂ ਆ ਬਾਬਾ ਜੀ ਨੂੰ ਲੱਭਦੀਆਂ ਫਿਰਦੀਆਂ ਹਾਂਜੀ ਅਸੀਂ ਬਾਬਾ ਜੀ ਨੂੰ ਲੱਭਦੀਆਂ ਫਿਰਦੀਆਂ ਆ ਇੱਥੇ ਤੁਸੀਂ ਕੱਲੀਆਂ ਆਈਆਂ ਕਿ ਤੁਹਾਡੇ ਨਾਲ ਬੰਦਾ ਵੀ ਕੋਈ ਆ ਦਫਾ ਹੋਣਿਆ ਅੱਜ ਕੱਲ ਜ਼ਮਾਨਾ ਇੰਨਾ ਖਰਾਬ ਆ ਖੇਤ ਦੇ ਵਿੱਚ ਕੋਈ ਆਪਣੀ ਬੱਕਰੀ ਨਿਕਲੀ ਛੱਡਦਾ ਅਸ ਤਾਂ ਫੇਰ ਵੀ ਸੋਹਣੀਆਂ ਸਲੱਖੀਆਂ ਚਾਰ ਪੰਜ ਮੁਟਿਆਰਾ ਆ ਬਿਲਕੁਲ ਸਹੀ ਗੱਲ ਆ ਇਹਦਾ ਮਤਲਬ ਤੁਹਾਡੇ ਨਾਲ ਕੋਈ ਬੰਦਾ ਵੀ ਆਇਆ ਹਾਂਜੀ ਸਾਡੇ ਦਾ ਸਪੈਸ਼ਲ ਪੱਪੂ ਹੀ ਆਉਂਦੇ ਨੇ ਪੱਪੂ ਜੀ ਆਇਆ ਹਾਂਜੀ ਪਰ ਉਹ ਹੈ ਕਿੱਥੇ ਆ ਪਤਾ ਨਹੀਂ ਮਰ ਜਾਣਾ ਘਰ ਗਲੀ ਕੋਈ ਸਲਿਪ ਸਲਿਪ ਹੋ ਗਿਆ ਕਿ ਲੰਗਰ ਖਾਣ ਦਾ ਪਤਾ ਨਹੀਂ ਮੈਂ ਤੈਨੂੰ ਵਾਜੇ ਮਾਰ ਮਾਰ ਕੇ ਕਾਦੀ ਕਬੜੀ ਹੋਈ ਆ ਉਹਨੇ ਮੇਰੀ ਵਾਸਤੇ ਕਿੱਥੇ ਆਉਣਾ ਮੈਂ ਦਫਾ ਹੋਣੇ ਨੇ ਇਹਨਾਂ ਦੀ ਵਾਸਤੇ ਆਉਣਾ ਉਹਨੇ ਮੇਰੇ ਨਾਲ ਤਾਂ ਪਰਸੋਂ ਦਾ ਰੁੱਸਿਆ ਹੋਇਆ ਆ ਕਿਹਦੀ ਵਾਸਤੇ ਆਉਣਾ ਉਹਨੂੰ ਤੁਸੀਂ ਵਾਜ ਮਾਰ ਕੇ ਦੇਖ ਲਓ ਉਹ ਭਾਈ ਸਾਹਿਬ ਨੇ ਮੇਰੀ ਆਵਾਜ਼ ਤੇ ਤਾਂ ਨਹੀਂ ਆਇਆ ਚਲੋ ਫਿਰ ਉਹਨੂੰ ਮਿਸ ਆਲੀਆ ਜੀ ਨੇ ਕੋ ਉਹਨੂੰ ਆਵਾਜ਼ ਮਾਰ ਕੇ ਦੇਖਣ ਆਲੀਆ ਜੀ ਲੋ ਆਵਾਜ਼ ਮਾਰੋ ਹੈਲੋ ਮੈਂ ਕਿ ਸੁਨੈਰਾ ਜੀ ਜੈ ਦਾਤਿਆਂ ਦੀ ਹਾਂਜੀ ਜੈ ਦਾਤਿਆਂ ਦੀ ਜੀ ਮੈਂ ਕਿ ਕੀ ਗੱਲ ਹੋ ਗਈ ਕਿਸ ਗੱਲ ਦਾ ਰੋਲਾ ਪਾਇਆ ਹੈ ਮਾਸਟਰ ਜੀ ਨੇ ਰੋਲਾ ਨਹੀਂ ਪਾਇਆ ਹੋਇਆ ਹਾਂਜੀ ਜਿਹੜੇ ਸਪੈਸ਼ਲ ਪੱਪੂ ਲਿਆਂਦੇ ਤੁਹਾਡੇ ਰਾਖੀ ਵਾਸਤੇ ਹਾਂਜੀ ਉਹ ਪਤਾ ਨਹੀਂ ਮਰ ਜਾਣਾ ਕਿੱਥੇ ਗਵਾਚ ਗਿਆ ਵਾ ਅੱਛਾ ਉਹਨੂੰ ਆਵਾਜ਼ ਮਾਰ ਕੇ ਦੇਖੋ ਸ਼ਾਇਦ ਤੁਹਾਡੀ ਵਾਸਤੇ ਆ ਜਾਵੇ ਮੈਂ ਕਿ ਮਾਸਟਰ ਜੀ ਨੇ ਤਾਂ ਆਵਾਜ਼ ਮਾਰ ਲਈ ਇੱਕ ਵਾਰੀ ਤੁਸੀਂ ਵੀ ਆਵਾਜ਼ ਮਾਰ ਕੇ ਵੇਖ ਲੈਣੀ ਮੇਰੀ ਵਾਸਤੇ ਕਿੱਥੇ ਆਣਾ ਉਹਨੇ ਦਫਾ ਹੋਣੇ ਨੇ ਕਿਉਂ ਕੀ ਗੱਲ ਹੋ ਗਈ ਇਹਨੇ ਤਾਂ ਲੜਿਆ ਹੋਇਆ ਆ ਉਹ ਤੁਹਾਡੇ ਨਾਲ ਲੜਿਆ ਹੋਇਆ ਹਾਂ ਕਿਸ ਗੱਲ ਕਰਕੇ ਉਹ ਕੁਝ ਸਰਟੀਫਿਕੇਟ ਸੀਗਾ ਤੂੰ ਆਵਾਜ਼ ਮਾਰ ਕੇ ਦੇਖ ਲੈ ਸ਼ਾਇਦ ਤੇਰੀ ਵਾਸਤੇ ਆ ਜਾਵੇ ਤੁਸੀਂ ਆਪਣਾ ਸੀਕ੍ਰੀਟ ਦੱਸਣਾ ਨਹੀਂ 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 ਅੱਛਾ ਮੇਰੀ ਗੱਲ ਸੁਣੋ ਉਹਨੇ ਤਾਂ ਮੇਰੀ ਵਾਸਤੇ ਵੀ ਨਹੀਂ ਆਣਾ ਕਿਉਂ ਮੇਰੇ ਨਾਲ ਵੀ ਗੁੱਸੇ ਹੋਇਆ ਨਾ ਕਿੰਨੇ ਕਦੇ ਗੁੱਸੇ ਹੋਇਆ ਕੱਲ ਰਾਤੀ ਮੀਂਹ ਪੈਂਦੇ ਚ ਅੱਛਾ ਮੇਰੇ ਕੋਲ ਆ ਗਿਆ ਕੀ ਕਹਿੰਦਾ ਕਹਿੰਦਾ ਭਾਬੀ ਭਾਬੀ ਮੈਨੂੰ ਬੀੜੀਆਂ ਦੇ ਹਾਏ ਮੈਂ ਮਰ ਗਈ ਮਰ ਜਾਣਾ ਨਸ਼ੇ ਵੀ ਕਰਨ ਲੱਗ ਪਿਆ ਆਹੋ ਨਸ਼ੇ ਪੱਤੇ ਕਰਨ ਲੱਗ ਪਿਆ ਦਫਾ ਹੋਣਾ ਮੈਂ ਕਿਹਾ ਜਿਹੜਾ ਮੇਰਾ ਬੀੜੀਆਂ ਵਾਲਾ ਬੰਡਲ ਸੀ ਹਾਂ ਉਹ ਤਾਂ ਸਲਾਬ ਗਿਆ ਅੱਛਾ ਮੀਂਹ ਪੈਂਦਾ ਸੀ ਨਾ ਅੱਛਾ ਫੇਰ ਮੇਰੇ ਵੀਰੇ ਵਾਲਾ ਹੁੱਕਾ ਤੇ ਮੈਂ ਕਿਹਾ ਉਹ ਪੀ ਲਾ ਅੱਛਾ ਫੇਰ ਕਹਿੰਦਾ ਨਹੀਂ ਨਹੀਂ ਮੈਂ ਤਾਂ ਬੀੜੀਆਂ ਹੀ ਬੀੜੀਆਂ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਇਸ ਗੱਲ ਕਰਕੇ ਮੇਰੇ ਨਾਲ ਹੋ ਗਿਆ ਗੁੱਸੇ ਚਲ ਕੋਈ ਗੱਲ ਤੇਰੇ ਆਵਾਜ਼ ਮਾਰ ਕੇ ਦੇਖਣਾ ਸ਼ਾਇਦ ਤੇਰੀ ਵਾਸਤੇ ਆ ਜਾਵੇ ਮੈਂ ਕਿਹਾ ਤੁਸੀਂ ਇੰਨਾ ਜ਼ੋਰ ਲਗਾ ਰਹੇ ਆ ਆਵਾਜ਼ ਮਾਰ ਕੇ ਦੇਖ ਲੈਣੀ ਆ ਮੈਂ ਕਿਹਾ ਵੀਰ ਜੀ ਭਰਾ ਜੀ ਵੇ ਪਤ ਪੱਪੂ ਵੇ ਨਹੀਂ ਆਇਆ ਨਹੀਂ ਪੱਪੂ ਤਾਂ ਆਇਆ ਨਹੀਂ ਹੈਗਾ ਫਿਰ ਕੌਣ ਆਇਆ ਆਹ ਦੇਖ ਲੈ ਚੱਪੂ ਅੱਗੇ ਬੈਠੇ ਟੋਪੀ ਲਾ ਕੇ ਆ ਗੋਲ ਜਿਹਾ ਆਹੋ ਅੱਛਾ ਮੇਰੀ ਗੱਲ ਸੁਣੋ ਹਾਂ ਜੀ ਆਪਣਾ ਪੱਪੂ ਨਹੀਂ ਹੈਗਾ ਆਹੋ ਤੁਸੀਂ ਆਵਾਜ਼ ਮਾਰ ਕੇ ਦੇਖੋ ਤੁਹਾਡੀ ਵਾਸਤੇ ਚੱਲਿਆ ਹੋਇਆ ਮੈਂ ਇਹਨੂੰ ਆਵਾਜ਼ ਮਾਰ ਕੇ ਦੇਖਦੀ ਆ ਮੈਂ ਕੀ ਸੁਣਦੇ ਹੋ ਪੱਪੂ ਜੀ ਉਹ ਆ ਗਿਆ ਆ ਗਿਆ ਆ ਗਿਆ ਉਹ ਜਿੰਦਰ ਅੱਜ ਗਾਲ ਖਾ ਗਿਆ ਉਹ ਜਿੰਦਰ ਅੱਜ ਗਾਲ ਖਾ ਗਿਆ ਹੋਏ ਚਾਹਤੇ ਆ ਗਿਆ ਜਨਾਰ ਦਾ ਚਾਨੀ ਅੱਜ ਗਾਲ ਖਾ ਗਿਆ ਹੋਏ ਉਠੜੀ ਨੇ ਕੱਟ ਜੰਮਿਆ ਹੋਏ ਹੋਏ ਉਠੜੀ ਨੇ ਕੱਟ ਜੰਮਿਆ ਹੋਏ ਪੱਦ ਮਾਰਿਆ ਹੋਏ ਹੋਏ ਤੇਰੀ ਪੱਦ ਮਾਰਿਆ ਹੋਏ ਹੋਏ ਸਾਰੇ ਪਿੰਡ ਚ ਬਾਜ
बड़े चेर से बाजा मार दे क्यों खोरू पट्टा खोरू तो पट्टिया भी चार पांच खतरनाक चीजा तुरी फिर दया मैं बहुत जरूरी काम गया से काम गया से छोटे छोटे पिंड इंग्लैंड चल गया होना चिड़ी से पहुंचे पिंड जाना कनेडा चल गया होना हर दो लड़ दो पिंड चो पिंड गया कितने मामा मैं जंगल बनी गया मेरी गल सुन हां जी बड़े चेर से बाजा मारते की गवाचा इतने चार पांच सोहनिया सुनखियां परियां वर्गियां मटियारा कुड़ियां तुरिया फिर दियां कुड़ियां हां जी हां जी मटियारा मटियारा सोहनिया सुनखियां परियां वर्गियां उदे तुरिया फिर दियां हां जी हां जी हुण इन्हां दा कोई बंदा नहीं आया बंदा आया है अच्छा मेरी गल सुन हां जी उन्हां नूं क्या करना पहचान करनी है उन्हां दी पहचान करनी है हां जी हां जी इदां कर हां जी गली गली मेरे मोहरे सैट डांस करती है तेन भुलेखा लगा डांस करती है तेन भुलेखा पागला एक्शन करती है रिएक्शन करती है रिएक्शन नहीं है एक्शन कर दी आहो तेन भुलेखा लगा मामा यदा बैग गेयर पाती है जीवे चला हो पहचान कर यदि पहचान कर ली हां जी हां जी करो ये कुड़ी है कुड़ी है पिघला दौड़ना कुड़ी आ दे कि सोहनी सुनखी कुड़ी आ तेन भी भुलेखा लगा अच्छा ये तेरा मासर तैयार किया चंगी नहीं लगी ये चंगी नहीं लगी बटू मेरी गल लिया भांडा भांडा लिया वा भांडा लिया केड़ी गलो लिया भांडा का तो चक आंडा अपने रिश्तेदार कौन है तै पहचानी नी नहीं ये तेरी मामा बठिंडे वाली मामी है सारा टब्बर साडे इकट्ठा किया होर है चंगी नी लगी ये चंगी नी लगी नंबर थ्री शरीफ तो मंगाई कुड़ी देख कि सोहनी सुनखी आ सोहनी सुनखी कुड़ी आहो मामा डांस ऐदा कर रही तोड़ गए करंट लगा होगा करंट नी एक्शन इदा कर दी है एक्शन कर दी है पहचान कर पहचान ली है कौन आ नहीं पहचानी नहीं मामा तेरी मौके आई भू आया चंगी लगी बड़ी देर आया पागला मामा गुफर देर पड़ गया खुड च मेरी गल सुना भूआ एडी वी फुफर निका जा एक मेरा हो गलती है के गलती है मेरी गल सुन हां जी सियाने कहते हैं ना की कहते ओनू मंदरा ना देख अच्छा ओनू मंदरा ना देख अच्छा काम पूरा ही करता मेरी गल सुन हां जी कण सियाने कहते कणक देखिए कणक का झाड़ ना देखिए पुठा कही ना कणक का झाड़ मेरी अच्छा चंगी नहीं लगी ये चंगी नहीं लगी नंबर फोर मामा इन सोहनी
ਕੋਈ ਸਲਖੀ ਕੁੜੀ ਆ ਮੇਰੀ ਜੋ ਤੂੰ ਇਹਨੂੰ ਹੱਥ ਨਾ ਲਈ ਇਹਨੂੰ ਹੱਥ ਨਾ ਲਾਵਾਂ ਇਹਨੂੰ ਹੱਥ ਨਾ ਲਈ ਉਹ ਕਾਤੋਂ ਤੇਰੀ ਮੇਰੀ ਲੜਾਈ ਹੋ ਜੂ ਕਿਹੜੀ ਗੱਲੋਂ ਤੇਰੀ ਮੇਰੀ ਹੁਣੀ ਲੜਾਈ ਹੋਣੀ ਬਹੁਤ ਜ਼ਿਆਦਾ ਕਾਤੋਂ ਇੱਥੇ ਆਪਣੀਆਂ ਡਾਂਗਾਂ ਨਿਕਲ ਪੈਣ ਉਹ ਕਾਤੋਂ ਨਿਕਲ ਪੈਣੀਆਂ ਮਾਮਾ ਆਪਣੀਆਂ ਕਿਰਪਾਨਾਂ ਵੀ ਨਿਕਲ ਸਕਦੀਆਂ ਕਿਹੜੀ ਗੱਲੋਂ ਮਾਮਾ ਇਹ ਮੇਰੇ ਭਾਪੇ ਦਾ ਸਮਾਨ ਆ ਉਹ ਤੇਰੀ ਮਾਂ ਆ ਇਹ ਮੇਰੀ ਮਾਂ ਇੱਥੇ ਪਤਾ ਕਦੇ ਆਈ ਹੈ ਕਦੇ ਆਈ ਆ ਮੈਂ ਸਵੇਰ ਦਾ ਘਰੋਂ ਭੁੱਖਾ ਨਿਕਲਿਆ ਸੀ ਅੱਛਾ ਇਹ ਹੁਣ ਮੈਨੂੰ ਦੁੱਧ ਪਵਾਉਣ ਆਈ ਆ ਤੇਰੇ ਬਹੁਤ ਮਿਹਰ ਦੀਨ ਦੇ ਖਾੜੇ 'ਚ ਜ਼ੋਰ ਕਰਨ ਆਇਆ ਤੂੰ ਹੈ ਕੀ ਅੱਛਾ ਇਹਦੀ ਪਹਿਚਾਣ ਕਰ ਇਹਨਾਂ ਨੂੰ ਪੁੱਛ ਇੱਥੇ ਕੀ ਕਰਦੀਆਂ ਫਿਰਦੀਆਂ ਮੇਰੀ ਗੱਲ ਸੁਣ ਹਾਂਜੀ ਮੈਨੂੰ ਤਾਂ ਬੂਆ ਮਿਹਰ ਦੀਨ ਦੱਸਦਾ ਹਨ ਆਹੋ ਆਪਣਾ ਨੱਕ ਦੇਖਿਆ ਕਿੱਦਾਂ ਦਾ ਕਿੱਦਾਂ ਦਾ ਜਿੱਦਾਂ ਛੱਪੜੇ ਕਿਨਾਰੇ ਡੱਡੂ ਬੈਠਾ ਹੁੰਦਾ ਉਹ ਵੀ ਦੇਖ ਲੈ ਕਿੱਦਾਂ ਦਾ ਆ ਮੇਰੀ ਗੱਲ ਸੁਣ ਕੰਧ ਤੇ 11 ਲਿਖੇ ਹੁੰਦੇ ਕੰਧ ਤੇ 11 ਲਿਖਦੇ ਹੋਰ ਕੱਤ ਲਿਖਾ ਆਹੋ ਇਹਨਾਂ ਨੂੰ ਪੁੱਛ ਇੱਥੇ ਕੀ ਕਰਦੀਆਂ ਫਿਰਦੀਆਂ ਮੇਰੀ ਗੱਲ ਸੁਣ ਹਾਂਜੀ ਤੂੰ ਆ ਮੇਰਾ ਵੱਡਾ ਭਾਈ ਅੱਛਾ ਤੂੰ ਇਹਨਾਂ ਨੂੰ ਬੁਲਾਉਣਾ ਆ ਅੱਛਾ ਇਹਨਾਂ ਨੂੰ ਪੁੱਛਣਾ ਆ ਕੀ ਡਾਕਟਰ ਕੀ ਗਵਾਚਾ ਤੇ ਕੀ ਕਰਦੀਆਂ ਫਿਰਦੀਆਂ ਮੈਂ ਪੁੱਛਣਾ ਤੈਂ ਪੁੱਛਣਾ ਤੂੰ ਮੇਰਾ ਵੱਡਾ ਭਾਈ ਆ ਅੱਛਾ ਇਹਨਾਂ ਨੂੰ ਬਾਜ ਮਾਰਨੀ ਆ ਬਾਜ ਮਾਰਨੀ ਬੜੇ ਪਿਆਰ ਸਤਿਕਾਰ ਵਿੱਚ ਤੇ ਮਾਣ ਨਾਲ ਬਾਜ ਮਾਰਨੀ ਕਿੱਦਾਂ ਮਾਰਨੀ ਆ ਜਿੱਦਾਂ ਸਿਆਣੇ ਕਹਿੰਦੇ ਆ ਕਿੱਦਾਂ ਬੀਬੀ ਭੈਣਾ ਕਹੀਏ ਅੱਛਾ ਤੇ ਸਦਾ ਸੁਖੀ ਰਹੀਏ ਯਾਨੀ ਬੀਬੀ ਭੈਣਾ ਕਹਿ ਕੇ ਬਾਜ ਮਾਰਨੀ ਆ ਬੀਬੀ ਭੈਣਾ ਕਹਿ ਕੇ ਬਾਜ ਮਾਰੀਏ ਨਾ ਉਹ ਤਾਂ ਛੱਪਰੇ ਖੰਦਾ ਆਵੇਂ ਛੱਪਰ ਤਾਂ ਤੂੰ ਕਿੰਨੇ ਚਿਰ ਦਾ ਖਾਈ ਜਾਣਾ ਕੁੜੇ ਬੀਬੀ ਕੁੜੇ ਭੈਣਾ ਮੈਨੂੰ ਕਹਿੰਦੇ ਵੀ ਤੈਨੂੰ ਬੋਲਣ ਚੱਲਣ ਦੀ ਤਮੀਜ਼ ਨਹੀਂ ਹੈਗੀ ਤਮੀਜ਼ ਨਹੀਂ ਹਾਂਜੀ ਤਮੀਜ਼ ਨਹੀਂ ਹੈਗੀ ਤੇ ਪੜ੍ਹੇ ਲਿਖੇ ਨੂੰ ਕਿਸੇ ਨੂੰ ਘੱਲ ਅੱਛਾ ਮੇਰੇ ਵਰਗੇ ਪੜ੍ਹੇ ਲਿਖੇ ਨੂੰ ਜਿਹੜਾ ਐਵੇਂ ਪਾਸ ਆ ਐਵੇਂ ਹੀ ਪਾਸ ਜਿਹੜਾ ਹਾਂਜੀ ਹਾਂਜੀ ਵਰਗਾ ਤੇਰੇ ਵਰਗਾ ਜੋ ਮੈਂ ਬਾਜ ਮਾਰਨੀ ਆ ਤੇ ਕੀ ਹੋ ਜਾਣਾ ਵੇਖੀ ਕਿੱਦਾਂ ਚਮਕ ਪੱਥਰ ਵਾਂਗੂ ਚੰਬੜਦੀਆਂ ਮੈਂ ਕਿਹਾ ਕੁੜੇ ਬੀਬੀ ਕੁੜੇ ਭੈਣਾ ਮੈਂ ਕਿ ਕੁੱਤੇ ਕੰਜਰਾ ਤੈਂ ਸਾਡੇ ਕੋਲ ਕੀ ਮੈਂ ਕਿਹਾ ਤੈਂ ਸਾਡੇ ਛੜਿਆਂ ਦੇ ਨਹੀਂ ਰਹਿਣਾ ਤੇਰੇ ਵਰਗੇ ਝੁੱਡੂ ਤੇ ਰਹਿੰਦੀ ਮੇਰੀ ਸਾਡਾ ਰਹਿੰਦਾ ਮੌਜਾ ਤੇਰੀ ਮੇਰੀ ਅੱਜ ਤੋਂ ਬਸ ਸਾਡਾ ਵੀ ਟਰੱਕ ਆ ਜੇ ਤੇਰੇ ਸ਼ੱਕ ਮੂੰਹ ਨੂੰ ਚੱਜਦਾ ਦਫਾ ਹੋਣੇ ਕੋਈ ਗਲਤ ਚੱਜਦੀ ਗੱਲ ਦਫਾ ਹੋਣੇ ਆ ਤਾਂ ਮੇਰੇ ਮੂੰਹ ਨੂੰ ਕੀ ਹੋਇਆ ਦਫਾ ਹੋਣੇ ਮੂੰਹ ਦੇਖ ਲੈ ਆਪਣਾ ਕਿੱਦਾਂ ਦਾ ਵਾ ਕਿੱਦਾਂ ਦਾ ਦਫਾ ਹੋਣੇ ਆ ਜਿੱਦ ਮਾਰ ਮਾਰ ਕੇ ਚਪੇੜਾ ਮਾਰ ਮਾਰ ਕੇ ਲੱਤਾਂ ਡੈਂਟ ਪਾਏ ਉਹਦੇ ਮੂੰਹ ਤੇ ਨਾ ਜੇ ਪੀਪੇ ਚ ਲੱਤਾਂ ਮਾਰੀਆਂ ਨੇ ਦਫਾ ਹੋਣੇ ਆ ਇੱਧਰ ਤੇਰਾ ਮੂੰਹ ਆ ਦਫਾ ਹੋਣੇ ਆ ਅੱਛਾ ਜਿੱਦਾਂ ਪੀਪੇ ਚ ਲੱਤਾਂ ਮਾਰੀਆਂ ਹੋਣੀਆਂ ਹਾਂਜੀ ਪੀਪੇ ਚ ਲੱਤਾਂ ਮਾਰੀਆਂ ਨਾ ਦੇਖ ਫੇਰ ਕੁੱਤਿਆਂ ਨਾ ਦੇਖ ਫੇਰ ਪੀਪੇ ਚ ਤੇਲ ਨਿਕਲਦਾ ਦੇਖ ਦਫਾ ਹੋਣੇ ਆ ਕਾਹਦੇ ਰੌਲਾ ਪਾਇਆ ਤੈਂ ਮੇਰੀ ਗੱਲ ਸੁਣ ਹਾਂਜੀ ਤੁਸੀਂ ਚਾਰੇ ਪੰਜੀ ਜਣੀਆਂ ਕਦੇ ਐਨ ਹੋ ਜਾਂਦੀਆਂ ਕਦੇ ਐਨ ਹੋ ਜਾਂਦੀਆਂ ਹਾਂਜੀ ਤੇ ਕੀ ਕਰਦੀਆਂ ਫਿਰਦੀਆਂ ਕੀ ਕਰਦੇ ਦਫਾ ਹੋਣੇ ਅਸੀਂ ਇਹ ਕੁਛ ਕਰਦੀਆਂ ਨਹੀਂ ਫਿਰਦੀਆਂ ਅਸੀਂ ਆਪਣੇ ਦਾਤਿਆਂ ਨੂੰ ਆਪਣੇ ਹਜ਼ੂਰਾਂ ਨੂੰ ਅਸੀਂ ਆਪਣੇ ਸ਼ਾਹ ਤਲਾਈਆਂ ਵਾਲੇ ਬਾਬਾ ਜੀ ਨੂੰ ਲੱਭਦੀਆਂ ਫਿਰਦੀਆਂ ਵਾ ਐਦਾਂ ਨਹੀਂ ਤੁਹਾਨੂੰ ਸ਼ਾਹ ਤਲਾਈਆਂ ਵਾਲਾ ਲੱਭਣਾ ਫੇਰ ਕਿਤੇ ਲੱਭਣਾ ਅੱਜ ਤਾਂ ਨਾ ਮੂੰਹ ਰੰਗ ਬਰੰਗੇ ਜਿਹੇ ਕੀਤੇ ਆ ਕੀ ਰੰਗ ਬਰੰਗ ਕੀਤੇ ਆ ਐਦਾਂ ਨਹੀਂ ਤੁਹਾਨੂੰ ਸ਼ਾਹ ਤਲਾਈਆਂ ਵਾਲਾ ਲੱਭਣਾ ਫੇਰ ਐਦਾਂ ਨਹੀਂ ਤੁਹਾਨੂੰ ਕੋਈ ਰਜਾਈਆਂ ਭਰਨ ਵਾਲਾ ਲੱਭਣਾ ਦਫਾ ਹੋਣੇ ਆ ਅਸੀਂ ਤਾਂ ਅਰਸ਼ਾਂ ਤੋਂ ਫਰਸ਼ਾਂ ਤੇ ਆ ਗਈਆਂ ਹਰਸ਼ਾਂ ਤੋਂ ਫਰਸ਼ਾਂ ਤੇ ਆ ਗਈਆਂ ਹਾਂਜੀ ਉਹ ਤੁਹਾਡਾ ਬੂਥਾ ਨਹੀਂ ਫੁੱਟੇ ਅਸੀਂ ਉੱਡ ਕੇ ਆਈਆਂ ਉੱਡ ਕੇ ਉੜ ਕੇ ਆਈਆਂ ਹਾਂ ਉੜ ਕੇ ਕਿੱਦਾਂ ਆਈਆਂ ਵੀ ਸਾਡੇ ਖੰਭ ਲੱਗੇ ਹੋ ਆ ਸਾਨੂੰ ਕੈਂਚੀ ਨਾਲ ਕੱਟਣੇ ਵੀ ਆਉਂਦੇ ਆ ਦਫਾ ਹੋਣੇ ਆ ਅਸੀਂ ਦਾਤੇ ਦੇ ਦਰਬਾਰ ਦੀਆਂ ਸੀ ਕੁੱਤੀਆਂ ਨਾ ਰਹਿਣੇ ਦਫਾ ਹੋਣੇ ਆ ਅਸੀਂ ਹਜ਼ੂਰਾਂ ਦੇ ਦਰਬਾਰ ਦੀਆਂ ਸੀ ਕੁੱਤੀਆਂ ਵਾ ਅੱਛਾ ਤੂੰ ਦਾਤਿਆਂ ਦਰ ਦੀ ਕੁੱਤੀ ਆ ਹਾਂਜੀ ਅਸੀਂ ਦਰਬਾਰ ਦੀਆਂ ਕੁੱਤੀਆਂ ਵਾ ਦੇਖਣ ਨੂੰ ਵੀ ਉਹ ਗੱਲ ਬੜਾ ਜੀ ਲੱਗਦੀ ਆ ਚਾਰੇ ਪੰਜ ਕੁੱਤੀਆਂ ਵਾ ਤੂੰ ਕੁੱਤੀ ਆ ਹਾਂਜੀ ਆਹ ਜਿਹੜੀ ਹਰੀ ਜਾਈ ਇਹ ਵੀ ਕੁੱਤੀ ਆ ਇਧਰੋਂ ਕੁੱਤੀਏ ਆ ਕੁੱਤੀ ਆ ਹਾਂਜੀ ਉਹ ਦੱਦੀ ਵੱਡਣ ਪੈਂਦੀ ਆ ਇਹ ਵੀ ਕੁੱਤੀ ਆ ਹਾਂ ਕੁੱਤੀ ਆ ਆਹੋ ਬਗੈਰ ਪੁੱਛਦੇ ਮੈਨੂੰ ਜਰਮਨ ਛੱਪ ਲੱਗਦੀ ਆ ਜਾ ਜਣਿਆ ਛੱਪੇ ਸੁਤੀ ਨਾ ਰਹਿਣੇ ਆ ਵੀ ਆ ਵੀ ਕੁੱਤੀ ਆ ਆਹ ਕੁੱਤੀ ਆ ਹਾਂਜੀ ਆਹ ਕੁੱਤੀ ਆ ਹਾਂ ਇਹ ਵੀ ਕੁੱਤੀ ਆ ਦੇਖਦਾ ਗੌਰ ਨਾਲ ਕੁੱਤੀ ਆ ਵੀ ਆ ਕੁੱਤੀ ਆ ਵੀ ਦੇਖੋ ਉਹਦਾ ਕੁੱਤਾ ਲੱਗਦਾ ਇਹ ਆ ਵੀ ਕੁੱਤੀ ਆ ਆਹ ਹਾਂਜੀ ਆਹ ਮਹਿਕ ਨੇ ਮੈਨੂੰ ਲੱਗਦੀ ਆ ਇਹ ਪੈਣੇ ਆ ਇਹ ਸੀ ਉਹ ਕੁੱਤੀਆਂ ਨਹੀਂ ਹੈਗੀਆਂ ਤੁਸੀਂ ਚਾਰੇ ਕੁੱਤੀਆਂ ਆ ਹਾਂਜੀ ਚਾਰੇ ਪੰਜੇ ਕੁੱਤੀਆਂ ਆਓ ਅਸੀਂ ਚਾਰੇ ਪੰਜੇ ਕੁੱਤੀਆਂ ਵਾ ਇੱਥੇ ਕਰਦੇ ਆ ਛੱਪੜ ਕਿਨਾਰੇ ਜਾ ਕੇ ਸੂਪੋ ਇਹ ਸੀ ਉਹ
ਕੁੱਤੀਆਂ ਨਹੀਂ ਹੈਗੀਆਂ ਅਸੀਂ ਆਪਣੇ ਦਾਤੇ ਦੇ ਦਰਬਾਰ ਦੇ ਹਜ਼ੂਰ ਦੇ ਦਰਬਾਰ ਦੀ ਕੁੱਤੀਆਂ ਵਾਂ ਅਸੀਂ ਦਾਤੇ ਦੇ ਦਰਬਾਰ ਦੀਆਂ ਅਸੀਂ ਮਾਲਣਾ ਬਣਾ ਰਹੇ ਆ ਅੱਛਾ ਤੁਸੀਂ ਦਾਤੇ ਦੇ ਦਰਬਾਰ ਦੀਆਂ ਮਾਲਣਾ ਆ ਹਾਂਜੀ ਤੁਸੀਂ ਚਾਰ ਹੀ ਮਾਲਣਾ ਆ ਹਾਂਜੀ ਤੁਸੀਂ ਮੈਨੂੰ ਨਹੀਂ ਪਹਿਚਾਣਿਆ ਮੈਨੂੰ ਨਹੀਂ ਪਹਿਚਾਣਿਆ ਮੈਂ ਵੀ ਹਜ਼ੂਰ ਦਾ ਮਾਲੀ ਆ ਪੰਜ ਕਲਿਆਣ ਹੁਣੇ ਦੇਖਣ ਤਾਂ ਛੇਲੀ ਜੀ ਲੱਗਦਾ ਦਫਾ ਹੋਣੇ ਆ ਛੇਲੀ ਜੀ ਆਪ ਦੇਖ ਕੀ ਆਪਦਾ ਮੂੰਹ ਦੇਖਿਆ ਕਿਦਾਂ ਬਹੁਤ ਸੋਹਣਾ ਜਿਹਨੂੰ ਮਰਜ਼ੀ ਪੁੱਛ ਲਾ ਜਿੱਦਾਂ ਰਾਜਸਥਾਨ ਦਾ ਊਠ ਹੁੰਦਾ ਦਫਾ ਹੋਣਾ ਵੀ ਅਸੀਂ ਦਾਤਿਆਂ ਵਾਸਤੇ ਹਜ਼ੂਰਾਂ ਵਾਸਤੇ ਆਪਣੇ ਦਾਤੇ ਵਾਸਤੇ ਸਹਿਰਾ ਲੈ ਕੇ ਆਏ ਪੂਰਾ ਸਰੀਰ ਤਾਂ ਦੇਖੋ ਕਿਦਾਂ ਦਾ ਜਿੱਦਾਂ ਤੇਲ ਵਾਲਾ ਕੋਲੂ ਹੁੰਦਾ ਬਕਵਾਸ ਤੇ ਬਕਵਾਸ ਕਰੀਏ ਨਾ ਦਫਾ ਹੋਣੇ ਆਪਣਾ ਮੂੰਹ ਦੇਖਿਆ ਕਿਦਾਂ ਦਾ ਦੇਖਿਆ ਆਪਣਾ ਕਿਦਾਂ ਦਾ ਆਪਣਾ ਸਰੀਰ ਦੇਖਿਆ ਕਿਦਾਂ ਦਾ ਜਿੱਦਾਂ ਫਿੱਟੇ ਹੋ ਨਾਲੇ ਪਾਣੀ ਨਹੀਂ ਹੁੰਦੀ ਦਫਾ ਹੋਣੇ ਅਸੀਂ ਆਪਣੇ ਦਾਤਿਆਂ ਵਾਸਤੇ ਆਪਣੇ ਹਜ਼ੂਰਾਂ ਵਾਸਤੇ ਹਸਤਾ ਸਹਿਰਾ ਲੈ ਕੇ ਆਈਆਂ ਸੂਰੇ ਲੈ ਕੇ ਆਈਆਂ ਹਾਂਜੀ ਤੁਸੀਂ ਬਿਲਕੁਲ ਝੂਠ ਬੋਲਦੀਆਂ ਉਹ ਕੀਤਾ ਨਾ ਤੇ ਤੋਂ ਫੁੱਲਾਂ ਵਾਲੀ ਟੋਕਰੀ ਨਾ ਸਾਡੇ ਕੋਲ ਫੁੱਲਾਂ ਵਾਲੀ ਟੋਕਰੀ ਨਾ ਸੂਈ ਨਾ ਧਾਗਾ ਨਾ ਸੂਈ ਨਾ ਧਾਗਾ ਨਾ ਰੇਲ ਨਾ ਚਮੇਰ ਨਾ ਰੇਲ ਨਾ ਚਮੇਰ ਤੇ ਸਿਹਰਾ ਹੈ ਕਿੱਥੇ ਤੇ ਸਿਹਰਾ ਸਾਡੀ ਮੁਬਾਰਕ ਮਿੱਠੀ ਜ਼ੁਬਾਨ ਦੇ ਉੱਤੇ ਆ ਜਵਾਨ ਕੱਟ ਕੇ ਤੇਰਾ ਉਹ ਕਾਤੇ ਜਵਾਨ ਕੱਟ ਕੇ ਤੇਰਾ ਦੇ ਕਾਤੇ ਸਿਹਰਾ ਚੱਟ ਕੇ ਦੇਖਣਾ ਖੱਟਾ ਕਿ ਮਿੱਠਾ ਫੇਰ ਪੈਣੇ ਸੀਰੇ ਦੀ ਨਹੀਂ ਗੱਲ ਕਰਦੀ ਮੈਂ ਜਾਤੇ ਦੇ ਜੋ ਸਿਰ ਤੇ ਸਜਾਇਆ ਜਾਂਦਾ ਸੇਰਾ ਮੈਂ ਉਹਦੀ ਗੱਲ ਕਰਦੀ ਆ ਜੋ ਅਸੀਂ ਨੱਚ ਕੇ ਤੇ ਗਾ ਕੇ ਪੇਸ਼ ਕਰਾਂਗੇ ਤੁਸੀਂ ਚਲੋ ਪਤਾ ਉਹ ਲੱਗਣਾ ਜੋ ਉੱਤੇ ਬੈਠ ਕਰਦੀ ਇੱਕ ਰੁਪਈਆ ਦੇ ਦੇ ਤੂੰ ਦੇ
ਨਾ ਵੀ ਵੇ ਬੇਤ ਪਈਆਂ ਦੇ ਨਾ ਵੀ ਵੇ ਪੀਰ ਬਾਬਾ ਅਹਿਮਦ ਸ਼ਾਹ ਸਰਕਾਰਾਂ ਦੇ ਨਾ ਵੀ ਵੇ ਹਾਂਜੀ ਹੋਰ ਪੰਜ ਸੌ ਇੱਕ ਰੁਪਏ ਦੀ ਵੀਰ ਜੀ ਪੰਜ ਸੌ ਇੱਕ ਰੁਪਏ ਗਿਰ ਜੀ ਗਿਆਨ ਸਿੰਘ ਸੋਲਾ ਟਿੱਬੇ ਤੋਂ ਜੀ ਤੇ ਹੋਰ ਦੇਖੋ ਵੀਰ ਜੀ ਕੁਲਵੰਤ ਸਿੰਘ ਜੀ ਸੋਲਾ ਟਿੱਬੇ ਤੋਂ ਜੀ ਤੇ ਹੋਰ ਦੇਖਵਾ ਵੀਰ ਜੀ ਮਾਸਟਰ ਸੰਤੋਖ ਸਿੰਘ ਜੀ ਸੋਲਾ ਤੋਂ ਜੀ ਤੇ ਹੋਰ ਦੇਖਵਾ ਜੀ ਮਨੋਜ ਕੁਮਾਰ ਹੈਪੀ ਮਨੀਤੇ ਤੋਂ ਜੀ ਉਹਨਾਂ ਨਾਲ ਬਹੁਤ ਸਾਰੀ ਵੇਖਵਾ ਜੀ ਤੇ ਪੰਜ ਸੌ ਇੱਕ ਰੁਪਏ ਵੀਰ ਜੀ ਜੀਤਾ ਭਾਜੀ ਜੀਤਾ ਭਾਜੀ ਟਿੱਬੇ ਤੋਂ ਜੀ ਉਹਨਾਂ ਨਾਲ ਵੀ ਜੀ ਤੇ ਹੋਰ ਦੇਖਵਾ ਵੀਰ ਜੀ ਪ੍ਰੋਫੈਸਰ ਗੁਰਦੀਪ ਸਿੰਘ ਜੀ ਉਹਨਾਂ ਨਾਲ ਵੀ ਬਹੁਤ ਸਾਰੀ ਵੇਖਵਾ ਜੀ ਤੇ ਹੋਰ ਵੇਖਵਾ ਵੀਰ ਜੀ ਸਾਡੇ ਛੋਟੇ ਭਾਈ ਨਾਲ ਵੀ ਜੀ ਤੇ ਹੋਰ ਵੇਖਵਾ ਵੀਰ ਜੀ ਸਾਰੇ ਕਮੇਟੀ ਮੈਂਬਰਾਂ ਵੱਲੋਂ ਵੀ ਤੇ ਹੋਰ ਵੇਖਵਾ ਵੀਰ ਜੀ ਜਿਹਨਾਂ ਸਰਕਾਰਾਂ ਨੇ ਮੇਲਾ ਹੋ ਰਿਹਾ ਸੀ ਜਿਹਨਾਂ ਜਾਂਦਿਆਂ ਦੀ ਖੁਸ਼ੀਆਂ ਜਸ਼ਨ ਮਨਾਇਆ ਜਾ ਰਿਹਾ ਸੀ ਉਹਨਾਂ ਸਰਕਾਰ ਦੇ ਨਾਤੇ ਜੀ ਸਾਰੇ ਨਗਰ ਖੇਡ ਦੇ ਨਾਤੇ ਜੀ ਪਿੰਡ ਦੀ ਸੁਖ ਸ਼ਾਂਤੀ ਵਾਸਤੇ ਸਾਰੇ ਨਗਰ ਮਾਲ ਡੰਗਰ ਬਾਗ ਗਣੇਸ਼ਾ ਦੀ ਸਵੇਟ ਸੰਗਤ ਦੇ ਨਾਤੇ ਜੀ ਥੈਂਕ ਯੂ ਜੀ ਬੂਲਾ ਉਤਰਿਆ ਬਾਗ ਮੇਂ ਕਿਸੇ ਵੀ ਮੇਰੇ ਖੜ ਜਾ ਮੇਰੇ ਹੱਥ ਫੁੱਲਾਂ ਦੀ ਟੋਕਰੀ ਚੱਲੇ
शुक्रिया मेहरबानी हां जी हुण बस मिलवा जी मेले वाली सच्ची सरकार दे नाते पीर बाबा अहमद शाह सच्ची सरकार दे नाते हुण बस मिलवा जी साडे फकरा फकीरां वल्लों मेले वाली सच्ची सरकार दे नाते पीर बाबा अहमद शाह सच्ची सरकार दे नाते आई हुई संगना ते हुण बस मिलवा जी साडे फकरा फकीरां वल्लों साडे नमानची पार्टी दे नाते आई हुई संगना ते शुक्रिया मेहरबानी ਬਾਜੀ ਅਜੋ ਦੇ ਤਾਰਿਆਂ ਪੀਰਾਂ ਦੇ ਪੀਰ ਮੇਰੇ ਗੌਸ ਬਖ ਸਰਕਾਰਾਂ ਦੀ ਮਦਾ ਮੇਰੇ ਸ਼ਾਹਿਦ ਜਿਲਾਨੀ ਤੁਹਾਡੇ ਖੇਰ ਮੰਗ ਤਿੰਨ ਮੈਡਮ ਆਲੀਆ ਜੀ ਫਰੋਮ ਨਵਾਂ ਸ਼ਹਿਰ
ਜੋਰਦਾਰ ਤਾੜੀਆਂ ਸੀ ਮਿਸ ਆਲੀਆ ਦਰਾਤੇ ਜੀ ਤੇ ਹਾਂਜੀ ਹੋਰ ਬਿਤ ਪਰਵੇਲ ਸੀ
अमीर खान बगलू प्रधान नाते जी ते हो डेलीगेशन जी कुलवंत सिंह सोला श्री मीत प्रधान नाते जी जसविंदर सिंह कैशियर नाते जी ते और गेट परवेल जी सवन सिंह सब्बा सखी नाते जी ते और मेंबर जी अमरजीत सिंह कंडा मेंबर नाते जी ते और मेंबर जी हरजिंदर सिंह मीत प्रधान नाते जी मीत प्रधान नाते जी ते और मेंबर जी अमरजीत निक्का मेंबर नाते जी ਤਿਹੋਰ ਬੈਂਕ ਪਰਵੇ ਜੀ ਹਰਮਨ ਦਾਸ ਮੈਂਬਰ ਦੇ ਨਾਤੇ ਜੀ ਵਰਿੰਦਰ ਸਿੰਘ ਮੈਂਬਰ ਦੇ ਨਾਤੇ ਜੀ ਗਗਨ ਕੰਮ ਮੈਂਬਰ ਦੇ ਨਾਤੇ ਜੀ ਜਗਤਾਰ ਸੋਹਲ ਮੈਂਬਰ ਦੇ ਨਾਤੇ ਜੀ ਤੇ ਰਾਜਨ ਸੋਹਲ ਮੈਂਬਰ ਦੇ ਨਾਤੇ ਜੀ ਜਸ਼ਨ ਸਿੰਘ ਮੈਂਬਰ ਦੇ ਨਾਤੇ ਜੀ ਸੋਟੀ ਸਾਈਂ ਮੈਂਬਰ ਦੇ ਨਾਤੇ ਜੀ ਆਇਓ ਸੱਕਰ ਫਕੀਰਾਂ ਦੇ ਨਾਤੇ ਜੀ ਗੁਰੂ ਪੀਰਾਂ ਦੇ ਨਾਤੇ ਜੀ ਸੱਚੇ ਸੱਚ ਸਰਕਾਰ ਦੇ ਨਾਤੇ ਜੀ ਥੈਂਕ ਯੂ ਜੀ ਕੁਝ ਬੋਲਣਾ ਸੜਕਾਂ ਜੀ ਵੱਲੋਂ ਜੀ ਹੋ ਅਵਲ ਹਮਦ ਖੁਦਾ ਦਾ ਵਰਦ ਕੀਜੈ ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ पहला आप ही रब ने इश्क किया ते मशहूर सी नबी रसूल मियां इश्क पीर फकीर दा मरतबा है पहला मर्द दा इश्क असूल मियां खिले तिना दे बाग कलूब अंदर कीता जिन्हां ने इश्क कबूल मियां कीता जिन्हां ने इश्क कबूल मियां सोता तन दरबार हजरत पीर बाबा अहमद शाह जी के जग उते सी टोण दी महफिल दी सच्चा इश्क ते सच्चा प्यार जिहड़ा वली वलियां ते सब सरकारां विचों टकिया जदों मैं आण दरबार तेरा ते तेन वेख के पत्थर भी मोह हो गए उसने ऐसा ही जलवागर जेड़ा पाया कबर के विच इंज लगे इबादत कर रहा है यार मेरा जेड़े चुक गए दर सोढ़ी पार लगे अहमद शाह जी ऐसा दरबार तेरा साइया मेरे ऐसा दरबार तेरा स्विस पैल्टी का बहुत सारा मान साढ़े बहुत ही सत्कार भी योग साढ़े एनर आई क्लब चढ़ती कला टिब्बा वालों 100 रुपए भी बहुत बड़े जोड़े मान सत्कार किए गए दिलों धन्यवाद है सरदार परमजीत सिंह जी भोला 100 रुपया और सरदार तरसेम सिंह जी पटवारी 100 रुपए के बहुत बड़े मान प्रोफेसर सरदार गुरमीत सिंह जी 100 रुपया गुरपाल सिंह जी फौजी 100 रुपया गुरिंदर सिंह जी झंड साहब उन्होंने वालों भी 100 रुपया सोढ़ी साई यूके उन्होंने वालों भी बहुत सारा मान जो पार्टी ने दिता गया सो दिल दिया गहराइया धन्यवाद है और प्रबंधक कमेटी का जरा शुक्रिया अदा कर रहा मीर खान जी बबलू साहब साढ़े प्रधान साहब ने सो बहुत बहुत धन्यवाद और कुलवंत सिंह जी सूला मीत प्रधान साहब जतेंद्र सिंह जी कैशियर साहब स्वर्ण सिंह जी शब्बा सैकटरी साहब अमरजीत सिंह जी कंडा मैंबर हरजिंदर सिंह जी मीत प्रधान अमरजीत सिंह जी तो हरपाल दास जी मैंबर नाल दविंदर सिंह जी मैंबर गगन खंभ मैंबर जगतार सोल साहब मैंबर तो राजा सोल मैंबर तो साढ़े सोटी साई जी मैंबर तो साढ़े जशन सिंह जी मैंबर साहब उन्होंने बहुत दिलों धन्यवाद है कि जब अड्डी बजे धरती ना ब्रह के बदल छा जाता त्रिताल च ऐसा जलवा है जो सब के मन भा जाता लक कौंदा वांग खरपे के अखरों में वजन बढ़ा जाता तू विगड़िया इश्क समझ सामभ लवी जरा इश्क तो जान लुटा जाता तू विगड़िया इश्क सामभ लवी जरा इश्क तो जान लुटा जाता सो सुनैना निकाल लैंड पार्टी आओ रूप रू अज की महफल टिब्बे के नाम हजरत पीर बाबा अहमद शाह जी दरबार एक बार जोरदार तालियां सरकार के नाम से मार दो आओ जी सुनैना निकाल लैंड पार्टी नवा शहर फगवाड़ा तो बंदा धरतन को उधर दी याद गुरान करके है रूह अज भी उधर दी कि ज्यादा बन के लै नाल जलंधर तो अज सजना की आई है सानू काल जलंधर हाँ जी असं बहुत बहुत शुक्रगुजार हाँ जी सोडी पैज के थोड़े बहुत मेरवेल जी सचिव सरकार के नाते जी जिन्हें खजाने माया आई जी दाता जी खजाने ने भरपूर कर नैक्सट परफॉर्मेंस सुनैना निकाल पार्टी के बेहतरीन कलाकार मिस प्रीत जी मिस प्रीत जी अपने चित्रा राही अखा मेरिया मुरशद न लड़िया जी सोने पीर दियाँ मैनू रगड़ा चढ़िया जी मिस प्रीत जी कर दो प्ले पैसे शायर की लिख रहे हैं उस अखदार में ना कुखशाला उस अखदार में ना कुखशाला जेड़ी तक मुर्शिद
Oh!
कलाम का लास्ट अंक का गान गा रहे हैं। सदके मुर्शिद तू, 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 मेरी कुर्ती कर गई है, सदके मुर्शिद तू, मेरी कुर्ती कर गई है। बड़े चीजा भी इस दरबार में 1997 मैं इस दरबार से हाजिर दी। उस टाइम मैं पिछे क्लैपिंग मारता हूं सी, ताड़ी मारता हूं सी, सांझी के टाइम की गल है 94-95 के बीच। जो मैं पार्टी बनाई मेरा ख्याल से कि मैं इस दरबार से हाजिरी देव। साईं जी हर वक्त मैं अरदास करनी अर्ज करनी, और मेरी अर्ज ऐदा कबूल हुई कि मौत के मुंह चो खिंच के लेके आता। और कोई इतने सच का दरबार से गल भी सच की होनी है। ਸਾਡੇ ਸਤਿਕਾਰਯੋਗ ਸਰਦਾਰ ਸਾਹਿਬ ਪ੍ਰੋਫੈਸਰ ਬਲਜੀਤ ਸਿੰਘ ਜੀ, ਔਰ ਹੈਪੀ ਮਰਿੰਦਾ ਜੀ, ਸਾਡੇ ਕੁਲਵੰਤ ਸਿੰਘ ਸੁੰਡਾ ਜੀ, ਗਿਆਨ ਸਿੰਘ ਜੀ, ਸੋਢੀ ਜੀ, ਸਾਡੇ ਮੁਖਾ ਜੀ ਹਰਚੰਦਰ ਜੀ, ਮਾਸਟਰ ਗੁਰਜੀਤ ਸਿੰਘ ਜੀ, ਔਰ ਸਾਡੇ ਪੰਡਾ ਸਾਹਿਬ ਅਮੀਰ ਖਾਨ ਜੀ, ਗੁਰਦਿਆਲ ਸਿੰਘ ਜੀ, ਜਤਿੰਦਰ ਜੀ, ਵਰਿੰਦਰ ਜੀ, ਗਗਨ ਜੀ, ਰਾਜਨ ਜੀ, ਸਾਰੇ ਪ੍ਰਬੰਧਕ ਕਮੇਟੀ, ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇੱਕ ਵਾਰੀ उस कसम के नाते ताड़िया ला दो जिन्हों का उर्स हो रहा है। शुक्रगुजार हाँ
चढ़ती कला एन आर आई ग्रुप सहन स्टूडियो जिड़े कि देशा प्रदेशों की धरती से मेरा वीर लाइव दिखा रहे हैं पिंड टिब्बे के धन धन हजरत पीर बाबा अमर शाह जी के पाक पवित्र दरबार से सालाना उर्स बड़ी शाना शौकत श्रद्धा पूर्वक के नाल हो रहा पता नहीं किन्निया दिया दवावान लग गई मौसम सही हो गया एक बार आप अपने नाते ताड़ियां ला दो जोड़ना कहता इबादत करो खुदा की मुहब्बत करो अपने आप से इबादत करो खुदा की मुहब्बत करो अपने आप से जिंदगी का नाम ही एक हसीना है वो मक्के भी गए वो मदीने भी गए हमारे लिए तो अजमेर ही मदीना है एक बार जोरदार ताड़ियां ला दो सुनैना नकाल कवाल एंड पार्टी फुटाओ हरमन भगत जी टिब्बा इंटरनेशनल बास्केटबॉल एक बार जोरदार ताड़ियां ला दो साढ़े सबका सरपंच उन्हों का बेटा जसविंदर भगत जी उन्हों का बेटा एक बार उन्होंने नाते जोरदार ताड़ियां ला दो जी क्योंकि टिब्बा बड़ा नगर बड़ा भागा वाला इंटरनेशनल खिलाड़ी इस नगर ने दिते है और तह दिलो शुक्रगुजार हाँ वैसे भी नगर पूरा घिरिया है फकर दिया दरगाह तो धन धन हजरत पीर बाबा अहमद शाह वाली बाबा पंजो जी बाबा सज्जो जी संत बाबा दरबारा सिंह जी बाबा वीर सिंह जी नरंगाबादी गुलाब सिंह जी उन्होंने नाते भी जोरदार ताड़ियां ला दो प्रोफेसर बलजीत सिंह उन्होंने बेटा वा जिन्होंने कि डिस्ट्रिक्ट का चार्ज संभालिया है तह दिलो शुक्रगुजार हाँ मेरे वीर साडे बाउंसर उन्होंने भी तह दिलो शुक्रगुजार हाँ जिहड़ियां अपनियां सेवावां दे रहे निभा रहे तह दिलो शुक्रगुजार हाँ जो जी क्योंकि महफिल में शिरकत करने वालों का तमाम लोगों इन मस्तों के दीवानों से पूछो कि मस्तों की मस्ती का रंग कैसा होता है मोहब्बत का जाम तो सभी पी लेते हैं इश्क की सूली चढ़ने वालों से जंट पूछो कि जंट कैसा होता है संगत तो सभी कर लेते हैं जो दीवाने लोग इन फकरों से पूछो कि फकरों की फकीरिया का संग कैसा होता है जाने वाले तो सभी चले जाते हैं टिब्बे वाले अब वो अजमेर की बस्ती में उन मक्के मदीने वालों से पूछो कि हज करने का ढंग कैसा होता है सुनैना नकाल कवाल एंड पार्टी क्या बात मारे हां जी और वित्त पनवेल जी जिन्हें सरकार ने मेला हो रहा है उन्होंने नाते जी साढ़े जीते बाज वालों जी 101 रुपए की वेल जी जिन्हें सरकार ने मेला हो रहा है सारे नगर खेड़े के नाते जी सारी संगत के नाते जी सारी संगत के नाते जी कहते ने जी पानी च लकीरा ने पानी च लकीरा ने लोकी पैड़े जग लुटदे जो कि लोकी पैड़े जग लुटदे रब लुटिया फकीरा ने हाँ जी नैक्सट परफॉर्मेंस साड़ी पार्टी के बेहतरीन कलाकार मिस जीरा खान जी अपने चित्र राही कला राही प्रदर्शन करने आ रहे हैं मिस जीरा खान कर दो प्ले पति
जे प्रेम खेडन दा चाओ सिर धर तली गली मोरी आओ ये तां कहा भी पैरी झांजरां फकीरी वालियां सौखियां नहीं पैंदियां क्योंकि गुरुआ पीरा ने यही कहा कि सोनी ते चढ़ना पैंदा फिर जाके पैदिया मर के यार दा दीदार पार पैरी झांजरां फकीरी वालियां सौखियां नहीं पैंदियां। हाँ जी लाओ जी अगला सॉन्ग। हाँ जी होर दरवेशन जी साबी कंडा जी बोलो जी सारे नगर खेड़ दे नाते जी जिन्हें सरकारा ने दातियां ने मिलना हो रहा जी उन्होंने नाते जी आई हुई संगत दे नाते जी सारी संगत दे नाते जी बीबी भैन दे नाते जी ते रुपिंदर जीत कवैत उन्होंने वालों बहुत सारी भेंट पाया जी ते हरमन इंटरनेशनल प्लेयर उन्होंने नाते बहुत सारी भेंट पाया जी ते होर भेंट पाया जी सचियां सरकार दे नाते जी ते होर भेंट पाया जी हैप्पी मनीले तो जी उन्होंने नाते बहुत सारी भेंट पाया जी ते होर भेंट पाया जी करण ब्रिजा कार वाले नाते जी और बेतवाज बेल जी विकू आतू अते नगर खेड़ नाते जी सारे संगत नाते जी थैंक यू जी। हां जी जो तो तारिया ने करो सरकार दे नाते नचना भी इबादत बन जाता नचना भी इबादत बन जाता जेकर नचने दे यार चाचू होवे ਹੁਣ ਗੁੱਸੇ ਉੱਤੇ ਚੜਦਾ ਏ ਜਿਵੇਂ ਮੁਰਸ਼ਿਦ ਮੇਰਾ ਪੀਰ ਬਾਬਾ ਅਹਿਮਦ ਸ਼ਾਹ ਸੱਚੀ ਸਰਕਾਰ ਰੰਗਿਆ ਰੰਗ ਹੋਏ ਮੌਜ ਮੇ ਜਬ ਆ ਗਏ ਪੀਰ ਬਾਬਾ ਅਹਿਮਦ ਸ਼ਾਹ ਸੱਚੀ ਸਰਕਾਰ ਮੌਜ ਮੇ ਜਬ ਆ ਗਏ ਕਤਰੇ ਸੇ ਦਰਿਆ ਕਰ ਦਿਆ ਮੌਜ ਮੇ ਜਬ ਆ ਗਏ ਕਤਰੇ ਸੇ ਦਰਿਆ ਕਰ ਦਿਆ ਪੜ ਗਈ ਜਿਸ ਪਰ ਮੇਰ ਬੰਦੇ ਸੇ ਮੌਲਾ ਕਰ ਦਿਆ ਤੇ ਤਾਰ ਦਿੱਤਾ ਡੁੱਬੇ ਬੇੜਿਆਂ ਨੂੰ जो फरमा दिता तू भी बख्श दिते औगर हाल लखा फैज का रंग चढ़ा दिता जोरदार तारियां सरकार
ਸੁਗਲੀ ਡਾਂਸ ਸੈਟ ਮੈਂ ਕਹਿ ਰਹੇ ਨੇ ਮੈਡਮ ਸਾਡੇ ਪਾਰਟੀ ਦੇ ਮੁੱਖ ਅਦਾਕਾਰ ਮੈਡਮ ਸੁਨੈਣਾ ਜੀ ਮੰਗਿਆਂ ਵਾਲੇ ਦੱਬ ਦਿਓ ਕਿੱਲੀ
ਵਾਦੀਆਂ ਜੋੜਦਾ ਤਾੜੀਆਂ। ਹਾਂਜੀ ਹਰਬੰਸ ਮਿੰਦਾ ਜੀ ਮੇਲੇ ਵਾਲੀ ਸੱਚੀ ਸਰਕਾਰ ਦੇ ਨਾਤੇ ਹਰਬੰਸ ਮਿੰਦਾ ਜੀ ਸਾਡੇ ਪੱਤਰਾਂ ਖੁਸ਼ੀਆਂ ਵੱਲੋਂ ਮੇਲੇ ਵਾਲੀ ਸੱਚੀ ਸਰਕਾਰ ਦੇ ਨਾਤੇ ਹਰਬੰਸ ਮਿੰਦਾ ਜੀ ਪ੍ਰੋਫੈਸਰ ਗੁਰਮੀਤ ਸਿੰਘ ਦੇ ਨਾਲ ਸਪੈਸ਼ਲੀ ਪ੍ਰੋਫੈਸਰ ਗੁਰਮੀਤ ਸਿੰਘ ਦੇ ਨਾਤੇ ਹਰਬੰਸ ਮਿੰਦਾ ਜੀ ਗੁਰਿੰਦਰ ਚੰਦ ਜੀ ਗੁਰਿੰਦਰ ਚੰਦ ਯੂਐਸਏ ਵਾਲੇ ਨਾਤੇ ਹਰਬੰਸ ਮਿੰਦਾ ਜੀ ਸਾਇੰਸ ਸਟੂਡੀਓ ਨਾਲ ਸਪੈਸ਼ਲੀ 100 ਰੁਪਏ ਜੀ ਸਾਡੇ ਅੰਕਲ ਜੀ ਨੇ ਕਰਾਉਂਦੇ ਨੇ ਸਾਇੰਸ ਸਟੂਡੀਓ ਵਾਲੇ ਨਾਲ ਸਪੈਸ਼ਲੀ ਸਾਇੰਸ ਸਟੂਡੀਓ ਵਾਲੇ ਨਾਤੇ ਹਰਬੰਸ ਮਿੰਦਾ ਜੀ ਮਿੱਠੂ ਅਮਰੀਕਾ ਵਾਲੇ ਨਾਲ ਸਪੈਸ਼ਲੀ ਮਿੱਠੂ ਅਮਰੀਕਾ ਵਾਲੇ ਨਾਤੇ ਹਰਬੰਸ ਮਿੰਦਾ ਜੀ ਚੀਲਾ ਅਮਰੀਕਾ ਦੇ ਨਾਲ ਸਪੈਸ਼ਲੀ ਚੀਲਾ ਅਮਰੀਕਾ ਦੇ ਨਾਤੇ ਚੀਲਾ ਅਮਰੀਕਾ ਦੇ ਨਾਤੇ ਹਰਬੰਸ ਮਿੰਦਾ ਜੀ ਮੁਹੱਲੇ ਦੀ ਤੰਦਰੁਸਤੀ ਲਈ ਸਪੈਸ਼ਲੀ ਸਾਡੇ ਵੀ ਟਵੀਟ ਕਰਾਉਂਦੇ ਨੇ ਮੁਹੱਲੇ ਦੀ ਤੰਦਰੁਸਤੀ ਲਈ ਹਰਬੰਸ ਮਿੰਦਾ ਜੀ ਅੰਮ੍ਰਿਤ ਡੀਜੇ ਦੇ ਨਾਲ ਸਪੈਸ਼ਲੀ ਅੰਮ੍ਰਿਤ ਡੀਜੇ ਵਾਲੇ ਨਾਤੇ ਹਰਬੰਸ ਮਿੰਦਾ ਜੀ ਮਨਦੀਪ ਦੇ ਨਾਤੇ ਮਨਦੀਪ ਦੇ ਨਾਤੇ ਮਨਦੀਪ ਕੱਦੂ ਦੇ ਨਾਤੇ ਹਰਬੰਸ ਮਿੰਦਾ ਜੀ ਮੇਲੇ ਵਾਲੀ ਸੱਚੀ ਸਰਕਾਰ ਦੇ ਨਾਤੇ ਆਈ ਹੋਈ ਸੰਗਨਾਤੀ ਸ਼ੁਕਰੀਆ ਮਿਹਰਬਾਨੀ ਸੋਗਲੀ ਦਾਸੇ ਤੁਮਨੇ ਕੇਰਨ ਦੇ ਮੈਡਮ ਆਲੀਆ ਜੀ ਰਾਜਪਾਲੀ ਨੇ ਡੂੰਘੇ ਸੱਜਣਾ ਪਾਈਆਂ ਨੇ ਸਲਵਾਰਾਂ ਦੇ ਜ਼ੋਰਦਾਰ ਤਾੜੀਆਂ ਸਰਕਾਰਾਂ ਦੇ ਨਾਤੇ सोहने साइया की खातर पहरावा पहन लिया वो जानते जिन्होंने सजरा की खातर यारा की खातर अपने साइया की खातर यह पहरावे पहने उन्होंने पता यह पहरावे की कीमत की है ਕਿਸੇ ਤੋਂ ਪੁੱਛਣ ਲੱਗਾ ਕੈਸਾ ਭੇਸ ਵਟਾਇਆ ਬੁੜੀਆਂ ਵਾਲੇ ਬਾਣੇ ਪੋਨਾ ਰੱਬ ਨੇ ਮਰਦ ਬਣਾਇਆ ਇਹਨੇ ਸੁਣ ਕੇ ਚੜਿਆ ਗੁੱਸਾ ਅੱਗੇ ਉਹ ਸੱਚ ਫਰਮਾਇਆ ਉਹ ਕੀਤਾ ਜੋ ਚੰਗਾ ਲੱਗਿਆ ਮੇਰੇ ਮਨ ਨੂੰ ਪਾਇਆ ਉਹ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਮੱਥੇ ਤਿਲਕ ਲਗਾਇਆ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਮੱਥੇ ਤਿਲਕ ਲਗਾਇਆ ਤੇ ਕੀ ਖੱਟਿਆ ਬੰਦਾ ਬਣ ਕੇ ਮੈਂ ਤਾਂ ਯਾਰ ਮਨਾਇਆ ਦੁਨੀਆਦਾਰੀ ਦੇ ਕੋਲੋਂ ਕੀ ਲੈਣਾ ਦੁਨੀਆ ਨੂੰ ਖੁਸ਼ ਕਰਕੇ ਮੈਂ ਤਾਂ ਆਪਣੇ ਸਾਈਂ ਦੀ ਖਾਤਰ ਇਹ ਪਹਿਰਾਵਾ ਪਹਿਨੇ ਆ ਜੇ ਸਾਈਂ ਮਿਲ ਜਾਵੇ ਤਾਂ ਸਾਰਾ ਕੁਝ ਹੀ ਬੰਦਾ ਪਾ ਲੂ ਤੇਰੇ ਵਰਗੇ ਦੁਨੀਆ ਦੇ ਵਿੱਚ ਫਿਰਦੇ ਲੋਕ ਹਸਾ ਬੰਨ ਬੰਨ ਡਾਰਾ ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾ ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾ ਜਦ ਵੀ ਮਿਲਦੀਆਂ ਹਾਰਾਂ ਔਰਤ ਮਹੰਤ ਪਠਾਨ ਪਹਿਨਦੇ ਜਾਂ ਪਹਿਨਣ ਸਰਕਾਰਾਂ ਉਹ ਪੰਜਵਾਂ ਬੰਦਾ ਪਾ ਨਹੀਂ ਸਕਦਾ ਸੱਜਦੀ ਹੈ ਇਹਨਾਂ ਚਾਰਾਂ ਦੇ ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਤੱਕਦੇ ਨਹੀਂ ਕੀ ਖਬਰ ਹੋਣੀ ਇਹ ਸੁੱਤਿਆਂ ਨੂੰ ਇਸ਼ਕ ਕਰਾਉਂਦਾ ਸਜਦੇ ਦਰ ਤੇ ਯਾਰ ਦੇ ਬੈਠੇ ਕੁੱਤਿਆਂ ਨੂੰ ਉਹ ਜੁੱਤੀ ਯਾਰ ਦੀ ਤਾਜ ਸਮਝਣਾ ਮਾੜੀ ਤਿੱਲੇ ਦੀਆਂ ਤਾਰਾਂ ਦੇ ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ ਰਾਜ ਬੜੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ
जोरदार ताड़ियां ला दो जी एक बार होर संतान के चरण। हाँ जी श्रद्धा जी भगवंत सुतैद शुक्रगुजार हाँ साडे धन धन हजरत पीर बाबा एम शाह वली प्रबंधक कमेटी साढ़े अमीर खान बदलू जी प्रधान साहब जतिंदर जी कैशिया साहब जगतार सिंह जी राजन जी गगन जी लाडी जसवान हरमन सोता जी सरवण शब्दा जी सो हरजिंदर सिंह जी और इस दे नाल ही साढ़े गुरिंदर सिंह चंड यूएसए और भुपिंदर सिंह जी सबका प्रधान इस दे नाल ही साढ़े सत्कारयोग अमरजीत सिंह जी निक्का साहब अमरजीत सिंह जी कंडा जी और रोगन जी एडवोकेट साहब सरदार कुलवंत सिंह जी सूला सारे कमेटी मैंबर सरदार तरसेम सिंह जी पटवारी साहब जिड़े कि उन्होंने लाडला साहबजादा साहब स्टूडियो डिजिटल स्टूडियो जिड़े कि लाइव कर रहे मनीले वाले तहत शुक्रगुजार हाँ सोढ़ी साई सतपाल जी तो आओ फिर एक एन आर आई वीरा की लिस्ट ऑफ जारी कर दें। मेरा वीर रोगन जिहड़े पंडित परिवार के जिन्होंने बाबा जी के दरबार से जिहड़ा कि वक्फ बोर्ड की जगह सी जी वो पिछले साल बाबा जी के जिहड़े प्रबंधक कमेटी ने और इस दरबार में सपोर्ट कर दी है एक बार उस वीर के नाते जोरदार ताड़ियां ला दो जी।
ਸੋ ਤਹਿ ਦਿਲੋਂ ਸ਼ੁਕਰ ਗਿਆ ਹਾਂ ਸਾਡੇ ਸਤਿਕਾਰਯੋਗ ਦਲਜੋਤ ਯੂਕੇ ਵਾਲੇ, ਉਹਨਾਂ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਹਰੀਸ਼ ਜੀ ਆਸਟ੍ਰੇਲੀਆ, ਜਿਹੜੇ ਕਿ ਹਰ ਸਾਲ ਅੱਖਾਂ ਦਾ ਜੋ ਕੈਂਪ ਲਾਉਂਦੇ ਸੀਗੇ, ਇੱਕ ਵਾਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿੰਨੇ ਵੀ ਚੜ੍ਹਦੀ ਕਲਾ NRI ਵੀਰ ਗਰੁੱਪ ਆ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ ਜੀ, ਕਿਉਂਕਿ ਸੇਵਾ ਤਾਂ ਨਹੀਂ ਨਾ ਮਾਈਕ 'ਤੇ ਅਨਾਊਂਸ ਕਰਨੇ, ਕਿਉਂਕਿ ਵੱਧ ਤੋਂ ਵੱਧ ਉਹਨਾਂ ਨੇ ਬਹੁਤ ਵੱਧ ਤੋਂ ਵੱਧ ਸੇਵਾ ਕੀਤੀ ਹੈ। ਔਰ ਮਾਰਬਲ ਵੀ ਜਿਹੜਾ ਲੱਗਾ ਔਰ ਉਸਦੇ ਵਿੱਚ ਵੀ ਬਹੁਤ ਉਹਨਾਂ ਦਾ ਸਹਿਯੋਗ ਹੈ NRI ਵੀਰਾਂ ਦਾ। ਤੁਹਾਡੇ ਲਈ ਸ਼ੁਕਰਗੁਜ਼ਾਰ ਹਾਂ ਸਾਡੇ ਗਿਆਨ ਸਿੰਘ ਜੀ ਸੁਲਾ ਅਤੇ ਚਾਚਾ ਜੀ ਬਾਰੇ ਜੋ ਵੀ ਅਸੀਂ ਤਹਿ ਦਿਲੋਂ ਧੰਨਵਾਦ ਦਿੰਦੇ ਹਾਂ। ਸਵੇਰੇ ਸੇਵਾ ਆਈ ਹੈ ਬਹੁਤ ਵੱਡਾ ਗੱਠਾ, ਇੱਕ ਵਾਰੀ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ ਜੀ। ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਡੇ ਸਰਦਾਰ ਤਲਵੰਤ ਸਿੰਘ ਸੂਲਾ ਉਹਨਾਂ ਵੱਲੋਂ ਵੀ, ਅਤੇ ਸਾਡੇ ਮਾਸਟਰ ਸੰਤੋਖ ਸਿੰਘ ਜੀ ਔਰ ਉਹਨਾਂ ਦੇ ਸਾਹਿਬਜ਼ਾਦਾ ਅਮਰੀਕ ਸਿੰਘ ਜੀ, ਇਹਨਾਂ ਵੱਲੋਂ ਹਰ ਸਾਲ ਜਿਹੜੀ ਸ਼ਬੀਲ ਦੀ ਸੇਵਾ ਵੀ ਲਾਈ ਜਾਂਦੀ ਹੈ, ਇੱਕ ਵਾਰੀ ਇਹਨਾਂ ਦੇ ਨਾਂ 'ਤੇ ਵੀ ਜ਼ੋਰਦਾਰ ਤਾੜੀਆਂ ਲਾ ਦਿਓ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਸਾਡੇ ਪ੍ਰੋਫੈਸਰ ਬਲਜੀਤ ਸਿੰਘ ਜੀ, ਸਰਪੰਚ ਸਾਹਿਬਾਨ ਔਰ ਸਾਬਕਾ ਸਰਪੰਚ ਮੈਡਮ ਜਸਵਿੰਦਰ ਕੌਰ ਭਗਤ, ਕਿਉਂਕਿ ਉਹਨਾਂ ਦੀ ਵੀ ਹਾਜ਼ਰੀ ਨਾਲ ਲੱਗਦੀ ਰਹਿਣੀ ਆ, ਕਿਉਂਕਿ ਸਵੇਰ ਨੂੰ ਵੀ ਉਹਨਾਂ ਨੇ ਪੰਡਾਲ ਦੇ ਵਿੱਚ ਤਸ਼ਰੀਫ ਰੱਖਣੇ ਆ। ਔਰ ਹੋਰ ਵੀ ਬਹੁਤ ਸਾਰੇ ਲਾਗੇ ਲਾਗੇ ਜਿੰਨੀਆਂ ਵੀ ਪਿੰਡਾਂ ਦੀਆਂ ਪੰਚਾਇਤਾਂ, ਸਾਡੇ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਬੇਨਤੀ ਹੁਕਮ ਹੋਇਆ ਉਹ ਮਾਈਕ 'ਤੇ ਅਨਾਊਂਸ ਜ਼ਰੂਰ ਕਰਨਾ। ਲਾਗੇ ਲਾਗੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੇ ਇਸ ਮੇਲੇ ਦੇ ਵਿੱਚ ਤਸ਼ਰੀਫ ਰੱਖ ਰਹੀਆਂ, ਤਹਿ ਦਿਲੋਂ ਉਹਨਾਂ ਦੇ ਸ਼ੁਕਰਗੁਜ਼ਾਰ ਹੋਵਾਂਗੇ। ਸਾਡੇ ਸਤਿਕਾਰਯੋਗ ਭਾਅ ਜੀ ਸੁੱਖਾ ਭਾਅ ਜੀ ਟਿੱਬੇ ਵਾਲੇ ਮੰਡੀਲੇ ਵਾਲੇ, ਇੱਕ ਵਾਰੀ ਉਸ ਵੀਰ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ। ਉਹਨਾਂ ਵੱਲੋਂ ਬਹੁਤ ਵੱਡਾ ਗੱਤਾ ਇਸ ਮੇਲੇ ਦੇ ਵਿੱਚ ਉਹਨਾਂ ਨੇ ਸੇਵਾ ਨਿਭਾਈ ਹੈ। ਸਾਡੇ ਅਮਰੀਕ ਸਿੰਘ ਜੀ, ਸੁਖਜਿੰਦਰ ਸਿੰਘ ਜੀ ਬਾਰਾ ਜੀ ਮੰਡੀਲੇ ਵਾਲੇ, ਹੈਪੀ ਮੰਡੀਲਾ, ਸੁਖਜਿੰਦਰ ਮੰਡੀਲਾ, ਬਲਕਾਰ ਸਿੰਘ ਜੀ ਸੁਹਤਾ ਮੇਰਾ ਵੱਡਾ ਭਰਾ ਨਵੀਂ ਬਸਤੀ USA ਵਾਲੇ, ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਰਜਿੰਦਰ ਵਿੱਕੀ, ਬੜੇ ਚਿਰਾਂ ਬਾਅਦ ਬਬਲੂ ਜੀ ਉਹਨਾਂ ਨਾਲ ਰਾਬਤਾ ਹੋਇਆ ਸੀ। ਰਜਿੰਦਰ ਵਿੱਕੀ ਇੱਕ ਵਾਰ ਜਦੋਂ ਅਸੀਂ ਦੁਰਗੇ ਨੂੰ ਕਰਨ ਗਏ, ਸਾਡੀ ਗੱਡੀ ਮੰਡਾਲੀ ਸ਼ਰੀਫ ਦੇ ਲਾਗੇ ਬੱਸ ਦੇ ਵਿੱਚ ਹੀ ਵੜ ਗਈ ਸੀਗੀ ਪਿੱਛੇ। ਔਰ ਅੱਜ ਉਸ ਵੀਰ ਨੂੰ ਜਦੋਂ ਯਾਦ ਕਰਦੇ ਹਾਂ ਨਾ, ਅਤੇ ਉਸ ਵੀਰ ਨੇ ਵੀ ਪ੍ਰਦੇਸ਼ਾਂ ਦੀ ਧਰਤੀ ਤੋਂ ਉਹਨਾਂ ਨੇ ਪਰਸੋਂ ਹੀ ਸੇਵਾ ਭੇਜੀ ਹੈ USA ਦੇ ਵਿੱਚ, ਬਹੁਤ ਵਧੀਆ ਉਹਨਾਂ ਦਾ ਕਾਰੋਬਾਰ ਆ। ਇੱਕ ਵਾਰੀ ਉਸ ਵੀਰ ਦੇ ਨਾਂ 'ਤੇ ਰਜਿੰਦਰ ਵਿੱਕੀ ਸਰਫਰ ਵਾਲੇ ਸ਼ਰਮਾ ਜੀ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ। ਹਾਂਜੀ, ਸੂਲਾ ਪਰਿਵਾਰ ਵੱਲੋਂ ਜਿੰਨੇ ਵੀ ਮੰਡੀਲੇ ਵੱਲੋਂ ਜਿਹੜੀ ਸੇਵਾ ਆਈ ਹੈ ਨਾ, ਵੱਡੇ ਇਕੱਠੇ ਆਏ ਆ ਬਾਬਾ ਜੀ ਦੇ ਪਾਵਨ ਦਰਬਾਰ 'ਤੇ, ਇੱਕ ਵਾਰੀ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ। ਸੋ ਸਾਡੇ ਸਤਿਕਾਰਯੋਗ ਨਰਿੰਦਰਜੀਤ ਸਿੰਘ ਜੀ, ਜੋਸ਼ਨ ਸਾਹਿਬ ਸੈਦਪੁਰ ਵਾਲੇ, ਉਹਨਾਂ ਦੇ ਨਾਂ 'ਤੇ ਵੀ ਜ਼ੋਰਦਾਰ ਤਾੜੀਆਂ ਲਾ ਦਿਓ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਸੋਢੀ ਸਾਈਂ ਜੀ UK ਵਾਲੇ ਔਰ ਸਤਪਾਲ ਜੀ UK ਵਾਲੇ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਮੇਰਾ ਵੀਰ ਪਿੰਡਾ ਭਾਅ ਜੀ ਜਿਹੜਾ ਇਸ ਮੇਲਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨਗੀ ਕਰਦੇ ਸੀ, ਜੋ ਪ੍ਰਦੇਸ਼ਾਂ ਦੀ ਧਰਤੀ 'ਤੇ ਵਸੇ ਹੋਏ ਆ ਕਨੇਡਾ ਵਾਲੇ, ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਗੁਰਿੰਦਰ ਝੰਡ ਜੀ ਔਰ ਰੌਕੀ USA, ਯੋਗਨ USA, ਅਮਨ ਕਨੇਡਾ ਜੀ, ਮੁਖਤਾਰ ਸੋਹਲ ਜੀ USA, ਹਰਪ੍ਰੀਤ ਸਿੰਘ ਜੀ USA ਔਰ ਸਾਡੇ ਸਤਨਾਮ ਸਿੰਘ ਜੀ UK ਔਰ ਲਖਵਿੰਦਰ ਸਿੰਘ ਜੀ UK ਸਾਹਿਬ ਸਟੂਡੀਓ ਸਾਡੇ ਮਨੀਲੇ ਵਾਲੇ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਪਰਮਵੀਰ ਸਾਡੇ ਲਾਡਾ ਜੀ ਔਰ ਰੋਬਨ ਗੌਤਮ ਜੀ, ਉਹਨਾਂ ਦਾ ਸਾਰਾ ਪੰਡਿਤ ਪਰਿਵਾਰ, ਮਨਵੀਰ UK, ਗੁਰਵਿੰਦਰ ਕਨੇਡਾ ਜੀ, ਗਾਮਾ ਕਬੱਡੀ USA ਔਰ ਬਲਵੀਰ ਸੋਨਲ UK ਔਰ ਬਲਵਿੰਦਰ UK ਔਰ ਸਾਡੇ ਸਤਿਕਾਰਯੋਗ ਪਵਨ ਪਾਜੀਆਂ ਜੀ, ਔਰ ਉਹਨਾਂ ਦੇ ਅਸੀਂ ਤਹਿ ਦਿਲੋਂ ਸਾਰਿਆਂ ਵੀਰਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇੱਕ ਚੜ੍ਹਦੀ ਕਲਾ ਗਰੁੱਪ NRI ਵੀਰ, ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਜੀ। ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਗੱਲ ਰਮਜ਼ਾਂ ਦੀ ਹੁੰਦੀ ਹੈ, ਰਮਜ਼ਾਂ ਵਾਲੇ ਤਾਂ ਰਮਜ਼ਾਂ ਜਾਣ ਹੀ ਜਾਂਦੇ ਨੇ, ਹੁੰਦਾ ਜਿਨ੍ਹਾਂ ਨੂੰ ਖੁਦਾ ਦੇ ਨਾਲ ਪਿਆਰ ਯਾਰੋ ਉਹ ਗੁੱਟਾਂ ਵਿੱਚ ਰੂਹਾਂ ਨੂੰ ਪਛਾਣ ਹੀ ਜਾਂਦੇ ਨੇ। ਔਰ ਅੱਛਾ ਜੀ, 500 ਰੁਪਈਆ ਸਾਡੇ ਬਾਰੇ ਵੱਲੋਂ ਜੀ ਜਿੰਦਾ ਮਨੀਲਾ ਜੀ, ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ। ਗਲਤੀ ਨੂੰ ਹਜੇ ਗਿਲਾ ਨਹੀਂ ਕਰਨਾ, ਗਿਲੇ ਤੋਂ ਆਪਣਾ ਕੋਈ ਸਾਥ ਕਿਉਂਕਿ ਜਾਤੇ ਹਾਂ, ਗੈਰੋਂ ਕੇ ਸੰਗ ਨਹੀਂ ਗਿਲੇਗੀ ਬਾਤ ਹੋਤੀ। ਸੋ ਆਓ ਫਿਰ ਸੁਣਾਉਣਾ ਅੰਤਰ। ਥੈਂਕ ਯੂ ਜੀ। ਤੁਹਾਡੇ ਪਰਵੇਲ ਜੀ ਪ੍ਰਧਾਨ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਜੀ, ਦਾਤਾ MS ਸ਼ਾਹ ਸੱਚੀਆਂ ਸਰਕਾਰ ਦੇ ਨਾਤੇ ਜੀ, ਸਮੂਹ NRI
वीर चढ़दी कला ग्रुप उन्होंने नाते जी तिहोर बिंद मैं जी सुखजिंदर जी मनीला तो उन्होंने नाते जी तिहोर बिंद मैं जी साडे प्रोफेसर मास्टर गुरमीत सिंह जी उन्होंने नाते स्पैशली वैलीवेशन जी तिहोर बिंद मैं जी स्पैशली वैलीवेशन जी गुरविंदर सिंह चंद फ्रॉम USA तो जी उन्होंने नाते जी तिहोर बिंद मैं वीर जी साडे वीर जी वेल कर रहे ने गीत चूटी दे नाते जी अपने भाणजे दे नाते जी भाणजे शुभ दे नाते जी तिहोर बिंद मैं जी वीर जी मोला मोला दी तंदुरुस्ती वास्ते साडे माता जी वेल करवा रहे ने उन्होंने नाते जी ते होर साडे दीदी जी वेल करवा रहे ने रोहन दे नाते अते सुमी दे नाते लव दे नाते अते लवप्रीत दे नाते ते होर बिंद मैं वीर जी मनदीप कद्दू दे नाते साडे वीर जी वेल करा रहे ने जिहड़े टाइम सिर कोई भी काम नहीं करदा उहदे नाते जी ते होर बिंद मैं जी साडे सोडी साईं जी फ्रॉम UK तो जी सोडी साईं जी फ्रॉम UK तो जी उहनां दे नाते बहुत सारी बिंद मैं जी होर 101 रुपए दी वेल जी दिलराज फ्रॉम UK तो जी उहनां दे नाते जी ते होर 101 रुपए दी वेल जी अमरीक सिंह USA तो जी जिहड़ा खजाने विचों माया आई मेरे दाता जी अहमद शाह सच्ची सरकार उन्होंने खजानिया ने भरपूर रखी कि सारे नगर खेड़े की सुख शांति वास्ते देसा प्रदेशों में बैठी संगत मेहर भरे हाथ रखी तो हाँ जी साड़ी पार्टी की नैक्सट आइटम ये शुदाइया मेरे पिछे हाल की बना लिया साढ़े बाबा जी की फरमायश ये शुदाइया मेरे पिछे हाल की बना लिया उन्होंने साथ दे रहे हैं पूर्ण पटाखा एंड हेलो
चंगा लगा हो तो जोरदार ताली ला दो जी। ये बाबा जी की फरमायश है दोबारा फिर जानी यही सौंग लाओ। चलो एक पर हम बंदा बनया हो दोबारा फिर होर बन के आ जाना। चलो तो ठीक है। हाँ जी ठीक है। हेलो हाँ जी हर बस रिंगा जी मेली वाली सच्ची सरकार के नाते तीन बाबा अमर शाह सच्ची सरकार के नाते हर बस रिंगा जी साढ़े फकर फकीर वालों साढ़े निमानच पार्टी के नाते हर बस रिंगा जी प्रोफेसर गुरमीत सिंह जी स्पेशली प्रोफेसर गुरमीत सिंह जी नाते हर बस रिंगा जी गुरिंदर सिंह चंड जी गुरिंदर सिंह चंड यूएसए वाले नाते पर बस रिंगा जी सारी प्रबंधक कमेटी के नाते साढ़े वीर जी के लिखा नहीं सारी प्रबंधक कमेटी के नाते और सारे सेवादारों के नाते और बस रिंगा जी सोडी यूके वाले ने स्पेशली सोडी यूके वाले नाते और बस रिंगा जी सिंगे के नाते आई हुई संघ नाते शुक्रिया मेहरबानी। हेलो हाँ जी अगली डांस आइटम लेके आ रहे हैं मैडम आलिया जी फ्रॉम नमस्कार
ਤੇ ਜ਼ੋਰਦਾਰ ਤਾੜੀ ਲਾ ਦਿਓ ਜੀ। ਹਾਂਜੀ ਹੁਣ ਸਿਮਿਆ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਨਾਮ ਤੇ, ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਨਾਮ ਤੇ, ਨਖੋਦਰ ਵਾਲੀਆਂ ਸੱਚੀਆਂ ਸਰਕਾਰ ਦੇ ਨਾਮ ਤੇ, ਸਾਈਂ ਲਾਡੀ ਸ਼ਾਹ ਜੀ ਦੇ ਨਾਮ ਤੇ, ਸੋ ਹਾਂਜੀ ਸਿਮਿਆ ਲਾੜੇਦਾਰ ਰਾਜੂ ਦੇ ਨਾਮ ਤੇ, ਲਾੜੇਦਾਰ ਦੇ ਨਾਮ ਤੇ, ਰਾਜੂ ਦੇ ਨਾਮ ਤੇ, ਜਸਪ੍ਰੀਤ ਦੇ ਨਾਮ ਤੇ, ਜਸਪ੍ਰੀਤ ਸਾਹਿਬ ਜੀ ਆਸਟ੍ਰੇਲੀਆ ਵਾਲੇ ਇਹਨਾਂ ਦੇ ਨਾਮ ਤੇ, ਬਹੁਤ ਸਾਰੀ ਵਿਦਮਿਆ ਜਸਪ੍ਰੀਤ ਸਾਹਿਬ ਜੀ ਆਸਟ੍ਰੇਲੀਆ ਵਾਲੇ ਇਹਨਾਂ ਦੇ ਨਾਮ ਤੇ, ਸੋ ਹਾਂਜੀ ਸਿਮਿਆ ਅਮਰੀਕ ਸਿੰਘ ਜੀ, ਅਮਰੀਕ ਸਿੰਘ ਜੀ, ਅਮਰੀਕ ਸਿੰਘ ਜੀ ਦੇ ਨਾਮ ਤੇ, ਸੋ ਹਾਂਜੀ ਸਿਮਿਆ ਜਾਨੂ ਦੇ ਨਾਮ ਤੇ, ਜਾਨੂ ਦੇ ਨਾਮ ਤੇ, ਸੋ ਹਾਂਜੀ ਸਿਮਿਆ ਸੋ ਸਨੀ ਸਨੀ ਸਹੋਤ ਯੂਕੇ ਵਾਲੇ ਦੇ ਨਾਮ ਤੇ, ਸਨੀ ਸਹੋਤ ਯੂਕੇ ਵਾਲੇ ਦੇ ਨਾਮ ਤੇ, ਸੋ ਹਾਂਜੀ ਸਿਮਿਆ ਗੁਰਕਰਨ ਜੀ, ਗੁਰਕਰਨ ਸੋਢੀ ਜੀ ਮਲੇਸ਼ੀਆ ਵਾਲੇ, ਗੁਰਕਰਨ ਸੋਢੀ ਜੀ ਮਲੇਸ਼ੀਆ ਵਾਲੇ ਇਹਨਾਂ ਦੇ ਨਾਮ ਦੀ ਬਹੁਤ ਸਾਰੀ ਵਿਦਮਿਆ ਬਾਬਾ ਜੀ ਦੇ ਨਾਮ ਤੇ, ਸੋ ਹਾਂਜੀ ਸਿਮਿਆ ਜਸ਼ਨਪ੍ਰੀਤ ਜੀ, ਜਸ਼ਨਪ੍ਰੀਤ ਯੂ ਵੀ ਮਲੇਸ਼ੀਆ ਵਾਲੇ ਇਹਨਾਂ ਦੇ ਨਾਮ ਤੇ ਵੀ ਬਹੁਤ ਸਾਰੀ ਵਿਦਮਿਆ, ਸੋ ਹਾਂਜੀ ਸਿਮਿਆ ਮੇਲੇ ਵਾਲੀਆਂ ਸੱਚੀਆਂ ਸਰਕਾਰ ਦੇ ਨਾਮ ਤੇ, ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਨਾਮ ਤੇ, ਨਕੋਦਰ ਵਾਲੀਆਂ ਸੱਚੀਆਂ ਸਰਕਾਰ ਦੇ ਨਾਮ ਤੇ, ਆਈ ਹੋਏ ਇਸ ਨਾਮ ਤੇ ਸ਼ੁਕਰੀਆ ਮਿਹਰਬਾਨੀ। ਹਾਂਜੀ ਹੋਰ ਬਹੁਤ ਸਰਵਿੰਦਮਾ ਜੀ ਮੇਲੇ ਵਾਲੀ ਸੱਚੀ ਸਰਕਾਰ ਦੇ ਨਾਂ ਤੇ, ਫਿਰ ਬਾਬਾ ਅਹਿਮਦ ਸ਼ਾਹ ਸੱਚੀ ਸਰਕਾਰ ਦੇ ਨਾਂ ਤੇ, ਹੋਰ ਬਹੁਤ ਸਰਵਿੰਦਮਾ ਜੀ ਸਾਡੇ ਅੰਕਲ ਜੀ ਵੇਲ ਕਰਾਉਂਦੇ ਨੇ ਮੇਲੇ ਵਾਲੀ ਸੱਚੀ ਸਰਕਾਰ ਦੇ ਨਾਂ ਤੇ, ਸਪੈਸ਼ਲੀ 51 ਰੁਪਏ ਜੀ, ਫਿਰ ਬਾਬਾ ਅਹਿਮਦ ਸ਼ਾਹ ਸੱਚੀ ਸਰਕਾਰ ਦੇ ਨਾਂ ਤੇ, ਹੋਰ ਬਹੁਤ ਸਰਵਿੰਦਮਾ ਜੀ ਸਾਡੇ ਵੀਰ ਜੀ ਵੇਲ ਕਰਾਉਂਦੇ ਨੇ ਸਾਰੀ ਸੰਗਤ ਦੇ ਨਾਂ ਤੇ, ਸਾਰੇ ਸੇਵਾਦਾਰਾਂ ਨਾਂ ਤੇ, ਪ੍ਰਬੰਧਕ ਕਮੇਟੀ ਦੇ ਨਾਂ ਤੇ, ਹੋਰ ਬਹੁਤ ਸਰਵਿੰਦਮਾ ਜੀ ਮੁਹੱਲੇ ਦੇ ਨਾਂ, ਸਪੈਸ਼ਲੀ ਮੁਹੱਲੇ ਦੇ ਨਾਂ ਤੇ, ਹੋਰ ਬਹੁਤ ਸਰਵਿੰਦਮਾ ਜੀ ਪ੍ਰੋਫੈਸਰ ਗੁਰਮੀਤ ਸਿੰਘ ਜੀ ਦੇ ਨਾਂ, ਸਪੈਸ਼ਲੀ ਪ੍ਰੋਫੈਸਰ ਗੁਰਮੀਤ ਸਿੰਘ ਜੀ ਦੇ ਨਾਂ ਤੇ, ਹੋਰ ਬਹੁਤ ਸਰਵਿੰਦਮਾ ਜੀ ਗੁਰਿੰਦਰ ਸਿੰਘ ਜੀ, ਗੁਰਿੰਦਰ ਸਿੰਘ ਝੰਡ ਜੀ ਯੂਐਸਏ ਵਾਲੇ ਨਾਂ ਤੇ, ਗੁਰਿੰਦਰ ਸਿੰਘ ਝੰਡ ਜੀ ਯੂਐਸਏ ਵਾਲੇ ਨਾਂ ਤੇ, ਆਈ ਹੋਈ ਸੰਗਤਾਂ ਤੇ ਸ਼ੁਕਰੀਆ ਮਿਹਰਬਾਨੀ। ਹੈਲੋ, ਹਾਂਜੀ ਸਾਡੇ ਸੋਢੀ ਸ਼ਾਹੀ ਜੀ ਜੋਗੇ ਵਾਲੇ, ਉਹਨਾਂ ਦੀ ਫਰਮਾਇਸ਼ ਹੈ ਜੀ ਇਸ਼ਕ ਦਾ ਗਿਰਦਾ ਪੈਂਦਾ, ਗੁਰਦਾਸ ਮਾਨ ਜੀ ਦਾ ਸੌਂਗ। ਮੈਡਮ ਪ੍ਰੀਤ ਜੀ ਤੁਸੀਂ ਗਾਉਣਾ? ਹਾਂਜੀ ਹਾਂਜੀ, ਅਗਲੀ ਡਾਂਸ ਸੈਟਮ ਲੈ ਕੇ ਨੇ ਮੈਡਮ ਪ੍ਰੀਤ ਜੀ, ਕਰ ਦਿਓ ਪਲੇ ਜੀ ਮੈਡਮ ਪ੍ਰੀਤ। ਇਸ਼ਕ
ਬਾਜੀ ਜੋਰਦਾਰ ਤਾੜੀਆਂ ਸਰਕਾਰਾਂ ਦੇ ਨਾਂ ਤੇ। ਸਾਡੇ ਮਹਿਫਲ ਦੇ ਵਿੱਚ ਤਸ਼ਰੀਫ ਫਰਮਾਨ ਦੋਸਤ ਸਿੰਘ ਜੀ, ਉਹਨਾਂ ਵੱਲੋਂ DIG ਸ਼ਹੀਦ ਪਰਿਵਾਰ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਹੈ ਔਰ ਸਾਰੇ ਨਗਰ ਦੇ ਭਲੇ ਵਾਸਤੇ। ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਡੇ ਡਾਕਟਰ ਕਿਸ਼ੋਰੀ ਜੀ, ਹੈਡ ਕੈਸ਼ੀਅਰ ਸਾਹਿਬ, ਉਹਨਾਂ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮਹਿਫਲ ਦੇ ਤਸ਼ਰੀਫ ਫਰਮਾਨ ਹੈ ਔਰ ਕੰਡਾ ਜੀ ਬੈਠੇ ਹੈ, ਬਾਬਾ ਦੁਰੇਸ਼ ਹੈ ਔਰ ਸਾਡੇ ਸ਼ਾਹੀ ਬਾਬਾ ਜੂਰੀ ਜੀ, ਮੁਹੰਮਦ ਸਰਵਰ, ਇੱਕ ਵਾਰੀ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾ ਦਿਓ। ਕਿਉਂਕਿ ਜਿਹੜਾ 3 ਮਾਰਚ ਦਾ ਮੇਲਾ ਉੱਠ ਕੇ ਦਰਸ਼ਨ ਦੇ ਰਿਹਾ, ਕਿਉਂਕਿ ਇਹਨਾਂ ਦੇ ਦਾਦਾ ਜੀ ਨੇ ਸ਼ੁਰੂ ਕਰਾਇਆ ਸੀਗਾ 3 ਮਾਰਚ ਵਾਲਾ ਮੇਲਾ ਔਰ ਜੂਰੀ ਵੀ ਸੰਗ ਲੈ ਕੇ ਆਉਂਦਾ ਰਿਹਾ ਔਰ ਉਹਨਾਂ ਦਾ ਗਾਂ ਬੇਟਾ ਸਮਝ ਜੀ ਕਿੱਥੇ ਬੱਚੇ ਚਾਹੀਏ, ਠੀਕ ਆ। ਉਹਨਾਂ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਬਹੁਤ ਸਾਰਾ ਮਾਣ ਸਤਿਕਾਰ ਔਰ ਸਾਡੇ ਮੇਰੇ ਵੀਰ ਹੰਮਾ ਉਹਨਾਂ ਵੱਲੋਂ, ਮਾਸਟਰ ਗੁਰਮੀਤ ਸਿੰਘ ਉਹਨਾਂ ਵੱਲੋਂ, ਅਤੇ ਮਾਸਟਰ ਗੁਰਮੀਤ ਸਿੰਘ ਉਹਨਾਂ ਦੇ ਨਾਂ 'ਤੇ ਉਹਨਾਂ ਦੇ ਬੇਟਿਆਂ ਦੇ ਨਾਂ 'ਤੇ ਤਾੜੀਆਂ ਲਾ ਦਿਓ, ਐਕਸਾਈਜ਼ ਦੇ ਵਿੱਚ ਸ਼ਾਇਦ ਸਿਲੈਕਸ਼ਨ ਹੋ ਗਈ ਹੋਈ, ਉਹਨਾਂ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇੱਕ ਵਾਰ ਕਾਬਲ ਦੇ ਕੰਧਾਂ ਤੱਕ ਪੌਦਾ ਮੈਂ ਕੁੱਕਰ ਹਾਂ ਪਰ ਪਿਆਰੇ ਦਾਦਾ ਜੀ ਮੈਂ ਪਰਜਾ ਦਾ ਕੁੱਕਰ ਹਾਂ, ਕਹਿੰਦੇ ਇੱਕ ਅੱਖ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ। ਸਾਡੇ ਸਾਹਿਬ ਸਟੂਡੀਓ ਸਾਡੇ ਚਾਚਾ ਜੀ ਬੈਠੇ ਆ, ਪਟਵਾਰੀ ਤਰਸੇਮ ਸਿੰਘ ਉਹਨਾਂ ਦੇ ਸਾਹਿਬਜ਼ਾਦੇ, ਜੋ ਕਿ ਹਰ ਸਾਲ ਸੇਵਾਵਾਂ ਦਿੰਦੇ ਆ, ਔਰ ਮੇਰੇ ਵੀਰ ਬੌਂਸਰ ਉਹਨਾਂ ਦੇ ਵੀ ਸਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਸੇਵਾਵਾਂ ਦੇ ਰਹੇ ਆ, ਤਦ ਲਈ ਸ਼ੁਕਰਗੁਜ਼ਾਰ ਹਾਂ। ਮੇਰੀਆਂ ਭੈਣਾਂ ਬੈਠੀਆਂ, ਮਤਾਵਾਂ ਬੈਠੀਆਂ, ਮੇਰੇ ਵੀਰ ਬੈਠੇ ਆ ਅਤੇ ਇੱਧਰ ਡੌਰੀ ਮਾਰ ਬੈਠਾ ਵਾ, ਬਹੁਤ ਸੇਵਾ ਨਿਭਾਉਂਦਾ ਏ, ਉੱਠ ਕੇ ਖੜਾ ਹੋਏ, ਇਹਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਲਾ ਦਿਓ। ਇਸ ਦਰਬਾਰ 'ਤੇ ਬਹੁਤ ਜ਼ਿਆਦਾ ਸੇਵਾ ਕਰ ਰਿਹਾ ਏ, ਇਹਨਾਂ ਦੇ ਨਾਲ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਬਹੁਤ ਸੇਵਾਵਾਂ ਦੇ ਰਹੇ ਆ। ਕਿਆ ਬਾਤ ਆ, ਸੋਢੀ ਦਾ ਉੱਠ ਉੱਠ, ਬਹੁਤ ਤੇਜ਼ ਆ ਬੰਦਾ, ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਆਓ ਫਿਰ ਉਹੀ ਫਨਕਾਰ, ਅਦਾਕਾਰ ਸਨੈਨਾ ਨਕਾਲ ਐਂਡ ਕਬਾਲ ਪਾਰਟੀ, ਇੱਕ ਬੇਨਤੀ ਹੈ, ਮੇਰੇ ਵੀਰਾਂ ਦੇ ਚਰਨਾਂ ਦੇ ਵਿੱਚ ਕਾਲਾ ਲਿਬਾਸ ਹੈ, ਸੋ ਕੱਲ੍ਹ ਨੂੰ ਵੀ ਇਹਨਾਂ ਨੇ ਸੇਵਾਵਾਂ ਦੇਣੀਆਂ, ਮੇਰੇ ਵੀਰ 6 ਜਾਂ 7 ਮੇਰੇ ਵੀਰ ਸੇਵਾਵਾਂ ਦੇ ਰਹੇ ਆ ਪੰਡਾਲ ਦੇ ਵਿੱਚ, ਉਹਨਾਂ ਦੇ ਵੀ ਸਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਬੌਸਰਾਂ ਦੇ, ਅਤੇ ਇਹ ਬੇਨਤੀ ਪ੍ਰਵਾਨ ਕਰਿਓ। ਸੋ ਆਓ ਸਨੈਨਾ ਨਕਾਲ ਐਂਡ ਕਬਾਲ ਪਾਰਟੀ ਦਾ ਮਾਨ ਸਨਮਾਨ ਫੜੋ ਜੀ, ਤਹਿ ਦਿਲੋਂ ਸ਼ੁਕਰਗੁਜ਼ਾਰ। ਆਓ ਸਨੈਨਾ ਨਕਾਲ ਐਂਡ ਕਬਾਲ ਪਾਰਟੀ, ਜੋਰਦਾਰ ਤਾੜੀਆਂ ਲਗਾ ਦਿਓ ਸਰਕਾਰਾਂ ਦੇ ਨਾਂ ਤੇ। ਹਾਂਜੀ, ਹੁਣ ਤੁਹਾਡੇ ਸਾਹਮਣੇ ਸਾਡੀ ਦੀਦੀ ਜੀ ਦੀ ਸਪੈਸ਼ਲ ਫਰਮਾਇਸ਼ ਹੈ ਜੀ, ਕਦੋਂ ਦੀ, ਜਦੋਂ ਤੱਕ ਨੋਟਾਂ ਦੀ ਬਹਾਰ ਸਜਣਾ ਉਦੋਂ ਤੱਕ ਤੇਰਾ ਮੇਰਾ ਪਿਆਰ ਸਜਣਾ, ਕਰ ਦੋ ਪਲੇ ਮਿਸ ਜੀ ਆ ਖਾਨ ਜੀ, ਸਾਡੀ ਦੀਦੀ ਜੀ ਫਰਮਾਇਸ਼ ਕਰ ਦੋ ਪਲੇ।
सुन फरियाद पीरा ने पीरा ते मैं आख सड़ा के तेरे जया मेनू नजर ना आवे पीरा मैं नहीं है लख तेन खोल ले कागज मेरे वधिया वाले ते पीरा दर तो धकदा मैनू जे मैं बिच ऐब गुनाह ना होवे पीरा तू बख्शेंदा किनू सगली दस सेट मैं कह रहे मैडम सुनैना जी बंगिया वाले ग्यारहवीं वाली सकर का कलाम
ਵਾਦੀਆਂ ਜੋਧਾ ਤਾਲੀਆਂ ਲਗਾ ਦੋ ਸਰਕਾਰਾਂ ਦੇ ਨਾਤੇ ਬਹੁਤ ਸਾਰਾ ਮਾਣ ਪ੍ਰਬੰਧਕ ਕਮੇਟੀ ਵੱਲੋਂ ਪੀਰ ਬਾਬਾ ਅਹਿਮਦ ਸ਼ਾਹ ਸਰਕਾਰਾਂ ਦੇ ਨਾਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਸੋ ਸਾਡੀ ਪਾਰਟੀ ਦੀ ਲਾਸਟ ਐਂਟਰੀ ਹੈ ਪਤਾ ਨਹੀਂ ਕਿਉਂ ਕਬਰਾਂ ਵਿੱਚ ਬਹਿ ਕੇ ਨੱਚਣਾ ਚੰਗਾ ਲੱਗਦਾ ਹੈ ਜੋਧਾ ਤਾਲੀਆਂ ਸਰਕਾਰਾਂ ਦੇ ਨਾਤੇ Oh, it's not that I'm not
ਪ੍ਰੋਫੈਸਰ ਗੁਰਮੀਤ ਜੀ ਸਾਡੇ ਰਿਸਪੈਕਟਡ ਅੰਕਲ ਜੀ ਸਾਡੀ ਪਾਰਟੀ ਦਾ ਬਹੁਤ ਸਾਰਾ ਮਾਣ ਕਰਦੇ ਨੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਰ
ला दो जोरदार ताड़ियां सरकार के नाते अहमद शाह सच्ची सरकार का बोल साचे दरबार की। हां जी हरबीत परवेल जी पूरी पूरी प्रबंधक कमेटी वालों जी पूरी प्रबंधक कमेटी वालों जी बाबा अहमद शाह सच्ची सरकार एन आर ई वीर कमेटी वालों जी तो होर मेहतमान जी साढ़े बहुत शुक्रगुजार है वी वी एस बॉन्सर ग्रुप इन्हों के नाते बहुत सारी मेहतमान जी जिन्होंने बहुत सेवा खूब निभाई है जी सत जुके एंड सोटी जुके सोटी साइंस जी जुके तो उन्होंने भी बहुत बहुत शुक्रगुजार हाँ आए हुए फकर फकीर के आए हुए फकर फकीर के नगर खेड़े के हमेशा याद रखो सुनैना नकाल पार्टी फ्रॉम बंगा सिटी साढ़े यूट्यूब का चैनल भी है जी सुनैना बंगा तुम सू यूट्यूब पर सर्च कर सकते हो एंड साढ़े जागरूकता ग्रुप है जी प्रोग्राम करते हुए कोई भूल चुक गलती हो गई हो तो दास समझ के माफ करो जी हमेशा याद रखो सचिया थैंक यू जी जकारा सचिया सरकार का जी जो साचे दरबार की हाँ जी ठीक है। हेलो सो जिन्हें भी मेरे वीर सेवादार है कृपा करके प्रबंधक कमेटी वालों सारे हाथ जोड़ के बेनती है बस्ती सरपुर वाले सरपुर नगर वाले और जिन्हें भी बस्तियां बाकी बस्तियां चो समूह नगर टिब्बा जिन्हें भी सेवादार मेरे वीर है कृपा करके वो तो वो आप इस वे सेवावान देनिया क्योंकि इस नगर का मेला और नगर के जो गल होंगी है पिंड टिब्बे के दरगाह तंत्र हजरत पीर बाबा अहमद शाह वाली की इस नगर पर अपार कृपा और छोटे छोटे बच्चे भी बहुत सेवा कर रहे हैं उन्होंने भी तय दिलो शुक्रगुजार हाँ सो सारिया संगत के चरण से बेनती करते हैं सुनैना जी अज मेला लुटिया क्योंकि मालिक ने थोड़ी जी कुछ बेरुखी जी शायद हो गई थी पर